ਉਹਦੀ ਇੱਕ ਆਏ ਨੋ ਹਾਂ ਰਾਮ ਚੰਦ ਉਹਦੇ ਨਾਲ ਅੱਛਾ ਉਹਦੇ ਘਰ ਆਏ ਹਾਂ ਉਸਨੂੰ ਲੋਕ ਵੇਖਣ ਦਾ ਮੋਲ ਪਏ ਅੱਛਾ ਏਡੀ ਸੋਹਣੀ ਆਏ ਉਹ ਯਾਦ ਆਇਆ ਅਗਲੀ ਰਾਤੀ ਯਾਦ ਆਇਆ ਅੱਛਾ ਕਿਵੇਂ ਖਾਦ ਕਿਵੇਂ ਆਇਆ ਸੁਣਾਓ ਗੱਲ ਜ਼ਰਾ ਡਰਾਮਾ ਖੇਰ ਬਾਟ ਠੀਕ ਹੋ ਗਿਆ ਇਸ ਤੋਂ ਇਲਾਵਾ ਆਰਾਮ ਟਿਕਾਇਆ ਅੱਛਾ ਹੋਰ ਰਾਮ ਦੇ ਪੋਤਰਾ ਹਨ ਕਿਤਨੇ ਅੱਠ ਸੱਤ ਹਾਂ ਠੀਕ ਹੈ ਛੇ ਹਾਂ ਉਹਨਾਂ ਦੇ ਕਿਸੇ ਦਾ ਨਾਂ ਯਾਦ ਹੈ ਨੀ ਦੱਸੋ ਭਲਾ ਰੰਗ ਰਾਮ ਆਏ ਇੱਕ ਦਿਨ ਇੱਕ ਦਿਨ ਸ਼ਨਕੋਰਾ ਠੀਕ ਹੋ ਗਿਆ ਇੱਕ ਦਿਨ ਲਾਲ ਚੰਦਾ ਸ਼ਾਬਾਸ਼ ਹੋਰ ਇੱਕ ਦਿਨ ਰਾਮ ਲਾਲ ਇੱਕ ਦਿਨ ਕਾਸ਼ੀ ਰਾਮ ਕਿਆ ਬਾਤ ਹੈ ਇੱਕ ਨਾਂ ਹੋਰ ਰਹਿ ਗਿਆ ਜਿਹੜਾ ਪੁਲਿਸ ਚ ਆਈ ਪੁਲਿਸ ਉਹਦਾ ਨਾਂ ਕੀ ਆ ਉਹਦਾ ਨਾਂ ਰਾਮ ਦਾ ਅੱਬਾ ਹੈ ਬਖਤ ਰਾਮ ਬਖਤ ਰਾਮ ਉਹਦਾ ਨਾਂ ਕੀ ਆ ਮੁੱਦੂ ਰਾਮ ਉਹਦੀ ਚੌਕੀ ਜ਼ਮੀਨ ਆ ਇੱਥੇ ਬਾਈ ਚੰਗਾ ਬੱਲਾ ਜ਼ਮੀਨਦਾਰ ਆ ਬੁੱਧਰੀ ਕਰਿੰਦਾ ਏ ਮੁਰਾਦ ਉਹ ਕੌਣ ਆਈ ਖੰਡੋਆ ਆਏ ਖੰਡੋਆ ਖੰਡੋਆ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਮੈਂ ਇਸ ਵਕਤ ਦਰੋਪਾ ਜਾਂ ਦਰੋਪਾ ਤਸੀ ਸ਼ੋਰਕੋਟ ਕੀ ਉਸ ਨਹਿਰ ਕੇ ਪਾਸ ਖੜਾ ਹੂੰ ਜੋ 1930 ਮੇਂ ਬਨੀ ਥੀ ਔਰ 35 ਮੇਂ ਉਸਨੇ ਆਪਣਾ ਪਾਣੀ ਦੇਣਾ ਸ਼ੁਰੂ ਕਰ ਦਿਆ ਥਾ ਯੇ ਵੋ ਨਹਿਰ ਹੈ ਔਰ ਯੇ ਜੋ ਪੁਲ ਆਪ ਦੇਖ ਰਹੇ ਹੈ ਯੇ ਦਰੋਪਾ ਕਾ ਵੋ ਪੁਲ ਹੈ ਜੋ ਸ਼ੋਰਕੋਟ ਸੇ ਸ਼ਾਹ ਸਾਦਿਕ ਨਿਆਂਗ ਸੇ ਦਰੋਪਾ ਕੋ ਕਨੈਕਟ ਕਰਤਾ ਥਾ ਬਲਕਿ ਕਰਤਾ ਹੈ ਯਹਾਂ ਸੇ ਗੋੜੀਓ ਪੇ ਵੀ ਗਾਡੋ ਪੇ ਵੀ ਲੋਕ ਸ਼ੋਰਕੋਟ ਕੈਂਟ ਰੇਲਵੇ ਸਟੇਸ਼ਨ ਕੀ ਤਰਫ ਵੀ ਜਾਇਆ ਕਰਤੇ ਥੇ ਕਿਉਂਕਿ ਯੇ ਸਭ ਸੇ ਸ਼ਾਰਟ ਰਸਤਾ ਪੜਤਾ ਹੈ ਤੋ ਮੈਂ ਅਭੀ ਆਪਕੋ ਦਰੋਪਾ ਲੈ ਕੇ ਜਾਊਂਗਾ ਤੋ ਯੇ ਦੂਸਰੀ ਜੋ ਨਹਿਰ ਆਪ ਯੇ ਦੇਖ ਰਹੇ ਹੈ ਇਸਕਾ ਪੁਲ ਯੇ ਬਾਅਦ ਮੇਂ ਬਨੀ 1962 ਯੇ ਦੋ ਦਰਖਤ ਹੈ ਜੋ ਖਜੂਰ ਕੇ ਹੈ ਔਰ ਆਪਨੇ ਉਨਕਾ ਫਲ ਵੀ ਦੇਖਾ ਜੋ ਵੀ ਪੱਕਨੇ ਵਾਲਾ ਹੈ ਕੁਛ ਦਿਨੋਂ ਬਾਅਦ ਔਰ ਯੇ ਰਸਤਾ ਜੋ ਹੈ ਯੇ ਉਸ ਦਰੋਪੇ ਕੋ ਜਾਣੇ ਵਾਲਾ ਹੈ ਜਹਾਂ ਕਿ ਇੰਦਰ ਬੀਬੀ ਇੰਦਰਾ ਬੀਬੀ ਦੋਖਤਰ ਬਖਤ ਰਾਮ ਕਾ ਯੇ ਗਾਓ ਹੈ ਔਰ ਯੇ ਉਸਕੇ ਬਿਲਕੁਲ ਰਸਤੇ ਪੇ ਜਾਣੇ ਕੇ ਜੋ ਰਸਤਾ ਉਸ ਗਾਓ ਕੋ ਜਾਤਾ ਹੈ ਬਿਲਕੁਲ ਉਸਕੇ ਸਾਹਮਣੇ ਯੇ ਲੱਗੀ ਹੋਈ ਹੈ ਤੋ ਯੇ ਰਸਤਾ ਜੋ ਹੈ ਅਭੀ ਜੋ ਪੱਕਾ ਬਣਾ ਉਸ ਵਕਤ ਪੱਕਾ ਨਹੀਂ ਹੋਗਾ ਲੇਕਿਨ ਯੇ ਰਸਤਾ ਗਾਓ ਕੋ ਜਾਤਾ ਹੈ ਯੇ ਦਰੋਪੇ ਕਾ ਬਾਹਰ ਕਾ ਇਲਾਕਾ ਹੈ ਜੋ ਆਪ ਦੇਖ ਰਹੇ ਜੋ ਮੀਨਾਰ ਹੈ ਯੇ ਦਰੋਪੇ ਕੇ ਅੰਦਰ ਹੈ ਮਸਜਿਦ ਕਾ ਦਰੋਪੇ ਦਾ ਬਹਿਰ ਅੱਲਾ ਹਿੱਸਾ ਹੈ ਆਬਾਦੀ
ਅਕਬਰ ਔਰ ਇਹ ਉਹ ਸੜਕ ਹੈ ਜਿਹੜੀ ਨਹਿਰ ਵਾਲੀ ਸਾਈਡ ਤੋਂ ਆ ਕੇ ਦਰੋਪੇ ਦੇ ਵਿੱਚ ਦਾਖਲ ਹੁੰਦੀ ਹੈ ਔਰ ਫਿਰ ਥੋੜ੍ਹਾ ਜਿਹਾ ਤੁਹਾਨੂੰ ਪਿੰਡ ਵੱਲ ਜਾ ਕੇ ਵਿਖਾਈਏ ਉਸਕੇ ਕਰਕੇ ਅੰਦਰ ਵਾਲੀ ਛੱਤ ਹੈ ਕੀ ਨਾਂ ਹੈ ਤੁਹਾਡਾ ਕੀ ਨਾਂ ਹੈ ਅੱਛਾ ਇੱਥੇ ਕੌਣ ਰਹਿੰਦਾ ਵਾ ਕੌਣ ਰਹਿੰਦਾ ਅੱਛਾ ਹਾਂ ਬੁਲਾ ਅਸਲਾਮ ਵਾਲੇਕੁਮ ਭਾਈ ਆਹ ਤਾਂ ਘਰ ਪਿੱਛੇ ਬਣੇ ਹੋਣਗੇ ਪੁਰਾਣੇ ਨਹੀਂ ਨਹੀਂ ਮਤਲਬ ਇਹ ਕਮਰੇ ਬਣੇ ਹੋਏ ਇਹ ਪਿੱਛੇ ਬਣੇ ਹੋਣ ਜਾਂ ਪਹਿਲੂ ਦੇ ਕਿਰਾਣਾ ਦੇ ਵੇਲੇ ਦੇ ਆਹ ਜਿਹੜੇ ਕੋਠੇ ਅੱਛਾ ਠੀਕ ਹੋ ਗਿਆ ਚੰਗਾ ਵੱਡਾ ਵੱਡਾ ਹੱਥਾ ਹੈ ਨਾ ਤੁਸੀਂ ਇੱਥੇ ਰਹਿੰਦੇ ਹੋ ਅੱਛਾ ਕੀ ਨਾਂ ਹੈ ਆਪਣਾ ਅੱਛਾ ਠੀਕ ਹੋ ਗਿਆ ਕੀ ਹਾਲ ਚਾਲ ਜੀ ਅਲਹਮਦੁਲਿਲਾ ਸਭ ਤੋਂ ਪਹਿਲੇ ਮੈਨੂੰ ਆਪਣਾ ਨਾਂ ਦੱਸਿਓ ਜੀ ਮੋਹਸਿਨ ਅਲੀ ਤੇ ਆਪਣੇ ਅੱਬਾ ਜੀ ਦਾ ਅਬਦੁਰਜ਼ਾਕ ਚੌਧਰੀ ਅਬਦੁਰਜ਼ਾਕ ਅੱਛਾ ਤੇ ਕੌਮ ਆਪਣੀ ਆਰਾਈ ਤੇ ਗੋਤ ਕਦੀ ਗੋਤ ਸੁਣੀ ਗੋਤ ਚੌਧਰੀ ਕਰਾਂਗੇ ਠੀਕ ਆ ਤੇ ਪਿੱਛੋਂ ਹਿੰਦੁਸਤਾਨ 'ਚੋਂ ਕਿਹੜੇ ਪਿੰਡ 'ਚੋਂ ਆਏ ਸੀ ਤੁਸੀਂ ਉਧਮਗੜ੍ਹ 'ਚੋਂ ਉਧਮਗੜ੍ਹ ਤਹਿਸੀਲ ਕਿਹੜੀ ਲੱਗਦੀ ਸੀ
ਉਧਮਗੜ੍ਹ ਅਤੇ ਜ਼ਿਲ੍ਹਾ ਜ਼ਿਲ੍ਹਾ ਅੰਬਾਲਾ ਜ਼ਿਲ੍ਹਾ ਅੰਬਾਲਾ ਤੁਹਾਡੀ ਉਮਰ ਕਿੰਨੀ ਹੋ ਗਈ 70 ਸਾਲ ਅਤੇ ਇਹ ਜਿਹੜਾ ਘਰ ਆ ਯਾਨੀ ਜਿਹਦੇ ਤੁਸੀਂ ਖਰੀਦਿਆ ਕੁਝ ਇਸ ਤਰ੍ਹਾਂ ਕੁਝ ਤੁਸੀਂ ਹੁਣ ਇਹਦੇ ਮਾਲਕ ਹੋ ਹਾਂਜੀ ਮੈਂ ਜਦੋਂ ਅੱਜ ਤੋਂ 3 ਸਾਲ ਪਹਿਲੇ ਇੱਥੇ ਆਇਆ ਸੀ ਅਤੇ ਬੱਚੀਆਂ ਦਾ ਸਕੂਲ ਬਣਿਆ ਸੀਗਾ ਹਾਂਜੀ ਅਤੇ ਤੁਸੀਂ ਕੀ ਦੱਸ ਰਹੇ ਵੀ ਇਹ ਇਸ ਘਰ ਦਾ ਮਾਲਕ ਜਿਹੜਾ ਕੌਣ ਸੀਗਾ ਜਿਹੜਾ ਪਹਿਲੇ ਪਾਸਾਂ ਬਣਨ ਤੋਂ ਪਹਿਲੇ ਜਿਹੜੇ ਇਸ ਘਰ ਦੇ ਮਾਲਕ ਸੀਗੇ ਅਮਰ ਸਿੰਘ ਨਾਂ ਲਿਆ ਅਮਰ ਸਿੰਘ ਅੱਛਾ ਅਮਰ ਸਿੰਘ ਨਾਂ ਲਿਆ ਅਮਰ ਸਿੰਘ ਦਾ ਹਾਥਾ ਸੀ ਅੱਛਾ ਅਤੇ ਇਹ ਜਿਹੜੇ ਪਿੱਛੇ ਤੁਹਾਡੇ ਕਮਰੇ ਨਜ਼ਰ ਆ ਰਹੇ ਆ ਇਹ ਉਹ ਉਸੇ ਵਕਤ ਦੇ ਬਣੇ ਹੋਏ ਆ ਪੁਰਾਣੇ ਉਸੇ ਦੇ ਅਤੇ ਬਾਕੀ ਸਿਰਾ ਮੱਥਾ ਜਿਹੜਾ ਵਾ ਇਹ ਪੱਕਾ ਬਣਿਆ ਯਾਨੀ ਕਿ ਪੁਰਾਣਾ ਠੀਕ ਹੋ ਗਿਆ ਅੱਛਾ ਜੀ ਇਹ ਜੀ ਫਿਰ ਮੈਨੂੰ ਤਾਂ ਨਹੀਂ ਪਤਾ ਇਹ ਅਮਰ ਸਿੰਘ ਦਾ ਘਰ ਹੈ ਜੀ ਨਹੀਂ ਇਹਨਾਂ ਦੇ ਵਿੱਚੋਂ ਇੱਕ ਗਿਆਨ ਸਿੰਘ ਵੀ ਆਇਆ ਸੀ ਬਸ ਸ਼ੁਕਰੀਆ ਇਹਦੇ ਛੱਤ 'ਤੇ ਮੈਂ ਜਾ ਸਕਦਾ ਚਲੋ ਉਹਨਾਂ ਦੀ ਯਾਦ ਹੀ ਹੋ ਜਾਏਗੀ ਕੀ ਪਤਾ ਇੱਥੇ ਇਹ ਸੀੜੀਆਂ ਨੇ ਜੀ ਮੈਂ ਹੁਣ ਅਮਰ ਸਿੰਘ ਦੇ ਮਕਾਨ 'ਤੇ ਛੱਤ 'ਤੇ ਜਾ ਰਿਹਾ ਇਹੋ ਜੀ ਚਿਮਨੀਆਂ ਤਾਂ ਹੁਣ ਕੋਈ ਵੀ ਨਹੀਂ ਬਣਾਉਂਦਾ ਠੀਕ ਹੈ ਜੀ ਰਿਵਾਜ ਹੀ ਖਤਮ ਹੋ ਗਿਆ ਹਾਂਜੀ ਸਿਰਕੇ ਵਾਲੀ ਛੱਤ ਹੈ ਇਸ ਕੀ ਔਰ ਇਹ ਸ਼ਤੀਰ ਉਸੇ ਵਕਤ ਕੇ ਲੱਗੇ ਠੀਕ ਹੈ ਨਾ ਜੀ ਔਰ ਇਹ ਇਸਕੇ ਰੋਸ਼ਨਦਾਨ ਹੈ ਅਬ ਰੋਸ਼ਨੀ ਨਾ ਹੋਣੇ ਕੀ ਵਜ੍ਹਾ ਕਿਉਂਕਿ ਅਭੀ ਇਹ ਸਕੂਲ ਕੀ ਮਤਰੂਕਾ ਬਿਲਡਿੰਗ ਬਣ ਗਈ ਥੀ ਇਸ ਵਜ੍ਹਾ ਇਸਕਾ ਦਰਵਾਜ਼ਾ ਖੁੱਲ ਨਹੀਂ ਸਕਤੇ ਜੀ ਔਰ ਇਹ ਇਨਕੇ ਅੰਦਰ ਵੋ ਰੋਸ਼ਨੀ ਕਰਨੇ ਕੇ ਲੀਏ ਵੋ ਆਲੇ ਬਣਾਏ ਹੋਏ ਹਾਂ ਜੀ ਇਹ ਮੁਝੇ ਇੱਕ ਗਲੀ ਕੇ ਆਦਮੀ ਨੇ ਬਤਾਇਆ ਕਿ ਇਹ ਘਰ ਹਰੀ ਸਿੰਘ ਕਾ ਥਾ ਜਿਸਕਾ ਕੁਛ ਹਿੱਸਾ ਅਭੀ ਵੀ ਪੁਰਾਣਾ ਮੌਜੂਦ ਹੈ ਔਰ ਜਬ ਮੈਂ ਪਹਿਲੇ ਯਹਾਂ ਪੇ 3 ਸਾਲ ਪਹਿਲੇ ਆਇਆ ਥਾ ਤੋ ਇਸ ਘਰ ਕੇ ਇਹ ਅੱਛੀ ਕਾਫੀ ਸਾਰਾ ਬੜਾ ਘਰ ਥਾ ਔਰ ਉਸਕੇ ਆਗੇ ਇੱਕ ਮੇਨ ਗੇਟ ਕੇ ਉੱਪਰ ਕੁਛ ਤਸਵੀਰੇ ਵਗੈਰਾ ਵੀ ਬਣੀ ਹੋਈ ਥੀ ਜੋ ਅਬ ਵੋ ਗਿਰਾ ਕੇ ਉਤਨਾ ਹਿੱਸਾ ਤੋ ਖੈਰ ਨਏ ਮਾਲਕੋ ਨੇ ਨਯਾ ਬਣਾ ਲਿਆ ਲੇਕਿਨ ਜੋ ਪੁਰਾਣੇ ਘਰ ਕਾ ਜਿਤਨਾ ਹਿੱਸਾ ਅਵੇਲੇਬਲ ਹੈ ਵੋ ਮੈਂ ਆਪ ਲੋਗੋ ਕੋ ਦਿਖਾ ਰਹਾ ਹੂੰ ਆਪਕੀ ਯਾਦੇ ਤਾਜ਼ਾ ਕਰਨੇ ਕੇ ਲੀਏ ਠੀਕ ਹੈ ਔਰ ਆਪ ਕਿਉਂਕਿ ਆਪਕੀ ਯਾਦਾਸ਼ਤ ਮੈਂ ਤਾਂ ਪੁਰਾਣਾ ਹਿੱਸਾ ਹੀ ਹੁੰਦਾ ਆਗੇ ਗਿਰਾ ਵੋ ਆਗੇ ਨਯਾ ਘਰ ਬਣਾ ਲੀ ਔਰ ਵੋ ਜੋ ਆਪਣੇ ਅਭੀ ਮੈਂ ਆਪਕੋ ਜ਼ੂਮ ਇਨ ਕਰਕੇ ਦਿਖਾਤਾ ਹੂੰ ਵੋ ਸਰਦਾਰ ਅਮਰ ਸਿੰਘ ਕਾ ਘਰ ਥਾ ਜੋ ਬਾਅਦ ਮੈਂ ਮੁਝੇ ਵਹਾਂ ਪੇ ਪਤਾ ਚੱਲਾ ਕਿ ਇਹ ਘਰ ਇਹ ਬਣਾ ਇਹ ਧਰਮਸ਼ਾਲਾ ਦੇ ਨੇੜੇ ਨਾਲ ਕਰਕੇ ਨਾਲ ਕਰਕੇ ਅੱਛਾ ਤੁਸੀਂ ਇਹਨੇ ਕਿ ਇੱਥੇ ਬਹੁਤ ਦੇਖੇ ਹੋਏ ਧਰਮਸ਼ਾਲਾ ਦੇ ਵਿੱਚ ਹਾਂ ਬਹੁਤ ਦੇਖੇ ਅੱਛਾ ਇਹ ਜਿੱਥੇ ਹੁਣ ਹੈਲਥ ਹਾਊਸ ਬਣਿਆ ਹੋਇਆ ਵਾ ਹਾਂ ਕੀ ਬਣਿਆ ਆੜਾ ਮਹਿਕਮਾ ਸਿਹਤ ਵਾਲਿਆਂ ਤਰਫੋਂ ਘਰ ਬਣਿਆ ਹੋਇਆ ਇਹ ਯਾਨੀ ਕਿ ਇਹਦੇ ਬੁੱਤ ਅਸੀਂ ਆਪਣੇ ਅੱਖੀਂ ਦੇਖੇ ਅੱਛਾ ਇਹਨੇ ਇਹ ਧਰਮਸ਼ਾਲਾ ਸੀ ਧਰਮਸ਼ਾਲਾ ਸੀ ਠੀਕ ਹੋ ਗਿਆ ਇੱਥੇ ਬੁੱਤ ਪੂਜਦੇ ਉਹ ਨਾ ਜਿਵੇਂ ਆਪਣੇ ਹੁਣ ਜੁਮਾ ਪੜ੍ਹਦੇ ਆ ਜਾਂ ਹੈ ਨਾ ਇੱਥੇ ਇਹਨਾਂ ਦਾ ਆਵਾਜ਼ਾ ਇਤਕਾ ਸੀ ਠੀਕ ਹੋ ਗਿਆ ਇਹ ਜੀ ਉਹ ਬਕੌਲ ਉਸ ਸਦੀਕ ਕਿ ਇਹ ਧਰਮਸ਼ਾਲਾ ਵਾਲੀ ਜਗ੍ਹਾ ਹੈ ਔਰ ਉਸਕੇ ਇਹ ਪੁਰਾਣਾ ਜੋ ਹਿਸਾਬ ਕਿਤਾਬ ਹੈ ਉਹ ਇਸਕਾ ਕਾਫੀ ਹਿੱਸਾ ਮੌਜੂਦ ਹੈ ਔਰ ਮੇਰੇ ਖਿਆਲ ਮੈਂ ਇਹ ਹੀ ਇੱਕ ਇਮਾਰਤ ਹੈ ਜੋ ਪੁਰਾਣੇ ਅਸਲੀ ਰੰਗ ਢੰਗ ਮੈਂ ਅੱਛੀ ਹਾਲਤ ਮੈਂ ਮੌਜੂਦ ਹਾਂ
थोड़ी इसको प्रेशर जो है वो गिर गया। अब फिर वापस चलते हैं। ये धर्मशाला से मैं अंदर जा रहे थे, अली बोर साहब रहते ने जहाँ का मैं हूँ इंटरव्यू करना 1947 के वाले ना। अंदरूनी हिस्सा है अपना नाम दसो जी। अमर सईद। ते तुम्हारे अब्बा जी का क्या नाम? गुलाम अहमद। कौन होंगे तुम? भुट्टे। ते तुम धरोपे बैठे हो जी। ते ये जड़ा घर तुम दसदे पे बैठे बुद्ध राम दी हवेली कित्थे शुरू होंदी आ? ए यार नुक्का तो होंदी है। कित्थों? आज इत्थे दुकान जड़ी बने होंदी। अच्छा इत्थे पीपल भी हा? हां पीपल ही है। अच्छा ते तुम्हारे बुजुर्ग जेने हन बुद्ध राम दी जमीन वैंदे? जमीन वैंदे। तो तुम्हारे बुजुर्ग मिन दसे के? अच्छा ते तोड़ा घर भी ना घर लगदी है? ना लगदी है पिछला। ठीक हो गया हुन घर तो बुद्ध राम दा खत्म हो गया। ठीक हो गया। जगह तो पीपल का दरख्त भी थे बुद्ध राम की इतने हवेली होंगी एक। हूँ मैं वो सामने इस हवेली से जावगा जी। वो तो ठीक है पर चलो बख्त राम का जो घर था पता लग पाई ना कि अली मोहम्मद सदाई जरा एक मिनट एक है घर के सामने ये घर के उत्ते ना लिखे हुआ फिर मैं पढ़ लेना। मिक्का राम रंग खीर बाट। अच्छा उन्होंने अपनी हिसाब किताब तरीके। अच्छा जी एक ए घर ही है भी तुहाडे टब्बर दा ही खानदान दा घर ही है जी सारे नाम मेरे को सही पढ़े नहीं हुण तुसीं अपनी याददाश्त से पछाण लो घर इधर आ जाओ तुसीं। ठीक है ना उत्ते कुछ ना लिखा मैं फोटो भी तो उस तो काफ़ी सारे उच्चे मकान होने हूँ तो गलियां उच्चिया हो गई तो घर नीवे हो गए।
मैं कोशिश करांगा इस घर की दूसरी साइड तो कोई वीडियो मैं बना सका मैं नहीं तो फिर ऐ ऐसे ते गुजारा करे ऐ घर बख्तराम दा है जी बनिया इतना किस्सा पुराना रह गया बाकी का सारा नवा बन गया ठीक है जी तो इंदर जी तुसी इंदरा जी है हुण तुहाडा घर इहदा एक दरवाजा ए खिड़की ए पनाला ये हो सकता बैठक ही होवे और उत्ते ए हिंदी दे विच एक लफ्ज़ लिखे जिहड़ा तो मैं जूम इन करके दिखा रहा यह तुसी आप पढ़ लिओ के लिखा अच्छा ये मतलब ये सारा जिहड़ा हिस्सा इतना इत्थे नेम लगी हुई है ते ए गेट है सारा ए बखराम दा घर है सी ते ए कितना घर है सी तू रखा दा मेरे तो टूट दे जाओ तू खंबे तक खंबे की हद है अच्छा खंबे इस हद तक ये भक्त राम का घर है सी ठीक है जी और अगर तो पुराने घर कोई नहीं है ना नहीं। चलो फिर ऐ जी थोड़े घर के सामने हम गली तो असि जा रहे अंदर कोई है कोई नहीं नहीं हाँ। तो मतलब ये बंदे किधर आने इन्हों का कोई फोन नंबर कोई रबता नंबर मिल सकता नहीं कोई हाँ रबता जा होना मेरा नहीं मेरे को कोई नहीं वो नहीं बंदा ये द्रोपा का बाहर वाला आबादी का आखिरी सिरा है दूसरा मुझे पता चला था कि वो ये घर है जहाँ पे के बारे पे हिंदू लड़कियों को उनके बुजुर्गों ने कत्ल किया था या शहीद किया था या उनके वो ये वाला घर है इसके ऊपर भी चबारा था जो बाद में ये गिर गया ये द्रोपे का नहर वाली साइड से अच्छा बाबा जी वो जरा हाई बुद्धू राम दे घर नौकर करें नौकरी करें दाई मुराद वो कौन आई खंडोवा है खंडोवा ते ओ दी सवाणी दा नाम के आई सुहागा 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 ते ओ दी कोई धी दा नाम
ਦੀ ਦਾ ਨਾਮ ਹੈ ਨਹੀਂ ਜਾਣਦਾ ਜਾਣਾ ਪੁੱਛ। ਅੱਛਾ ਉਹਦਾ ਕੋਈ ਪੁੱਤਰ? ਪੁੱਤਰ ਦੇ ਨਾਂ ਵੱਡਾ ਨਾਜ਼ਰਾ ਹੈ, ਛੋਟਾ ਬਾਜਰਾ ਹੈ। ਅੱਛਾ ਤੇ ਇਹ ਉਹਦੇ ਕੋਲ ਹੁਣਾਂ ਦੇ ਪੁੱਤਰਾਂ 'ਚ ਕੋਈ ਹੁਣ ਜਿੰਦਾ ਵਧਾ ਹੈ? ਜਿੰਦੇ ਵਜਨ ਪਰ ਉਹ ਵਗ ਗਏ ਉਹਨ ਥਾਲ ਨੂੰ। ਕਿਤੇ ਥਾਲ ਨੂੰ? ਥਾਲ ਨੂੰ ਵਗ ਗਿਆ। ਥਾਲ ਨੂੰ ਵਗ ਗਿਆ। ਹੁਣ ਉਹਨਾਂ ਦੇ ਜਿੱਥੇ ਕੋਈ ਵੀ ਨਹੀਂ ਰਹਿੰਦਾ? ਨਹੀਂ, ਉਹ ਹੀ ਕੋਈ ਇੱਥੇ ਮਰ ਗਿਆ ਹੈ। ਜਿਹੜਾ ਵਾਲਾ ਹੈ ਨਾ, ਉਹ ਮਰ ਗਿਆ ਹੈ। ਸਭ ਤੋਂ ਪਹਿਲੇ ਤੁਹਾਨੂੰ ਅਸਲਾਮੁਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਹੈ ਮਾਂ ਸਾਹਿਬ? ਬਸ ਠੀਕ ਹੈ। ਕੀ ਹਾਲ ਚਾਲ ਹੈ? ਦੁਆ ਹੈ ਖੈਰ। ਆਪਣਾ ਨਾਂ ਦੱਸੋ ਸਭ ਤੋਂ ਪਹਿਲੇ ਮੈਨੂੰ। ਫਜ਼ਲ ਕਰੀਮ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਹੈ? ਸਰਦਾਰ ਬਖਸ਼। ਤੇ ਕੌਮ ਆਪਣੀ? ਘੋਡਣ। ਘੋਡਣ। ਤੇ ਆਪਣੀ ਉਮਰ ਚੌਖੀ ਹੋ ਗਈ ਹੈ? 66 ਸਾਲ। 66? ਇਸੇ ਦਰੋਪੇ 'ਚ ਰਹਿੰਦੇ ਹੋ? ਹਾਂ। ਜਦੋਂ ਲੋਟੀਆਂ ਪਈਆਂ ਹਨ, ਤੁਸੀਂ ਉਹਨਾਂ ਨੂੰ ਸੰਭਲਦੇ ਹੋ? ਹਾਂ। ਉਸ ਤੋਂ ਪਹਿਲੂ ਜਿਹੜੇ ਇੱਥੇ ਵੱਡੇ ਵੱਡੇ ਕਿਰਾੜ ਰਹਿੰਦੇ ਹਨ, ਜਿਹੜਾ ਸਭ ਤੋਂ ਵੱਡਾ ਜ਼ਿੰਮੇਦਾਰ ਇੱਥੇ ਕਿਰਾੜ ਹਾ ਜਾਂ ਹਿੰਦੂ ਹਾ, ਉਹਦਾ ਨਾਂ ਕਿਆ ਹੈ? ਬੁੱਧੂ ਰਾਮ। ਉਹਦੀ ਚੌਖੀ ਜ਼ਮੀਨ ਆ ਇੱਥੇ? ਮੈਂ ਚੰਗਾ ਬੱਲਾ ਜ਼ਮੀਨਦਾਰ ਆ ਬੁੱਧੂ ਰਾਮ। ਸੁਣਿਆ ਘੋੜੀਆਂ ਛੋੜੀਆਂ ਰੱਖੀ ਹੋਈਆਂ ਆਸੂ? ਘੋੜੀਆਂ ਵੀ ਹਨ ਉਹਦੀਆਂ? ਅੱਛਾ। ਬੱਠੇ ਛੱਠੇ ਸਿੱਲਾਂ ਲੈ ਬੱਠੇ ਕੋਈ ਹੋਵਣ ਉਹਨਾਂ ਦੇ? ਮੱਝੀਆਂ। ਸਿੱਲਾਂ ਲਾ ਬੱਠਾ? ਬੱਠਾ ਨਹੀਂ। ਅੱਛਾ। ਬੁੱਧੂ ਰਾਮ ਦੇ ਚੌਖੇ ਪੋਤਰਾਂ? 4। ਉਹਨਾਂ ਦੇ ਨਾਂ? ਇੱਕ ਦੇ ਨਾਂ ਤਾਂ ਆਈ ਗਿਆਨ ਚੰਦ। ਹਾਂ। ਦੂਏ ਦਾ ਮੈਂ ਨਾਂ ਨਹੀਂ ਆਉਂਦੇ ਪਏ। ਬਖਤ ਰਾਮ। ਬਖਤ ਰਾਮ ਕੋਈ ਬਖਤ ਰਾਮ ਵੀ ਉਹਦਾ ਪੁੱਤ? ਕੋਈ ਸਿਪਾਹੀ ਪੁਲਿਸ ਹੀ ਕੋਈ ਆਈ? ਹਾਂ। ਅੱਛਾ। ਇਸ ਦਰੋਪੇ ਦੇ ਨੰਬਰਦਾਰ ਕਿਤਨੇ ਆ? 2। ਕਿਹੜੇ ਕਿਹੜੇ? ਹਾਂ ਤਾਂ ਅੱਛਾ, ਇੱਕ ਤਾਂ ਹੋ ਗਿਆ ਬੁੱਧੂ ਰਾਮ, ਅਤੇ ਦੂਆ ਕਿਹੜਾ ਹੈ? ਦੂਆ ਨੰਬਰਦਾਰ ਕਿਹੜਾ ਹੈ? ਦੂਆ ਯਾਰਾ ਮਕਾਨ ਹੀ ਉਹਦਾ ਖੜਾ ਹੈ, ਮੇਰੇ ਹਾਂ ਤੂੰ ਰੱਖਾ ਖੜਾ ਹੈ। ਅੱਛਾ। ਬੁੱਧੂ ਰਾਮ ਦਾ ਜਿਹੜਾ ਵੱਡਾ ਛੂਰ ਆਈ, ਉਹਦਾ ਨਾਂ ਆਏ ਸ਼ੰਕਰ। ਸ਼ੰਕਰ, ਸ਼ੰਕਰ ਦਾਸ ਆਉਂਦਾ ਕੋਈ ਜ਼ਿਹਨ 'ਤੇ ਨਾਂ? ਰਾਮ ਰੰਗ, ਰਾਮ ਰੰਗ। ਕਾਸ਼ੀ ਰਾਮ। ਹਾਂ। ਅੱਛਾ। ਇਹ ਜਿਹੜਾ ਇਹ ਬੁੱਧੂ ਰਾਮ ਹਾ, ਇਹਦਾ ਘਰ ਕਿੱਥੇ ਕਰਕੇ ਹਾ? ਜਿੱਥੇ ਦੁਕਾਨਾਂ ਹਨ ਨਾ। ਹਾਂ ਵੇਖੀਆਂ ਨੇ? ਹਾਂ। ਜਿਹੜੇ ਹੁਣ ਅਵਾਂਡ ਦੁਕਾਨ ਬਣਾਈ ਬੈਠੇ? ਹਾਂ ਹਾਂ। ਇਹ ਮਕਾਨ ਬੁੱਧੂ ਦੇ ਹਨ? ਅੱਛਾ। ਨਹੀਂ, ਜਿਹਦੇ 'ਚ ਬੁੱਧੂ ਰਹਿੰਦਾ ਹੈ ਆਪ? ਇਹ ਤੂੰ ਪਰ ਹੋਈ ਮਕਾਨ ਉੱਥੇ ਦਾ। ਅੱਛਾ। ਅਤੇ ਉਸ ਉਹ ਤਾਂ ਇੱਕ ਚੁਣ 'ਤੇ ਮਕਾਨ ਹੈ ਨਾ, ਗਲੀ ਦੀ ਚੁਣ 'ਤੇ ਹੈ। ਹੁਣ ਉਸ ਗਲੀ 'ਚੋਂ ਅੰਦਰ ਵੜੀ ਵੇ, ਜਿਹਨੂੰ ਅੱਜ ਕੱਲ੍ਹ ਅਵਾਣ ਵਾਲੀ ਗਲੀ ਸਦੇਂਦੇ ਹੈ, ਉਸ ਘਰ 'ਚ ਦੋ ਪੁਰਾਣੇ ਪੁਰਾਣੇ ਘਰ ਖਲੋਤੇ ਨੇ, ਇੱਕ ਇਹ ਸਾਥ 'ਤੇ ਹੈ, ਇੱਕ ਇਹ ਸਾਥ 'ਤੇ ਹੈ। ਉਹ ਕਿਹਦੇ 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 ਘਰ ਹਨ? ਯਾਰ ਸਾਰੇ ਬੁੱਧੂ ਰਾਮ ਦੇ ਜਾਣ ਪੋਤਰ ਪੱਤਰੀ, ਹੋਰ ਕੋਈ ਨਾ। ਠੀਕ ਆ, ਠੀਕ ਆ। ਅੱਛਾ ਮੁੰਡੇ ਦੱਸੋ ਵੀ, ਜਿਸਨੇ ਮੁੜ ਲੋਟੀਆਂ ਪਈਆਂ ਹਨ, ਅਸੀਂ ਇਹ ਸੁਣਿਆ ਵੀ ਜਿਹੜੇ ਇੱਥੋਂ ਦੇ ਹਿੰਦੂ ਹਨ, ਉਹਨਾਂ ਆਪਣੀਆਂ ਧੀਆਂ ਨੂੰ ਆਪ ਵੱਢਿਆ ਹੈ? ਹਾਂ। ਉਹ ਗੱਲ ਸੁਣਾ ਮੁੜ, ਤੁਸੀਂ ਉਸ ਲਈ ਕਿਵੇਂ ਵੇਖਿਆ, ਕਿਹਦੇ ਵਧਿਆ ਤੁਸੀਂ ਉਸ ਲਈ? ਉਹ ਜਿਹੜਾ ਮਕਾਨ ਬੈਠੇ ਦੀ ਦੁਕਾਨ ਹੈ ਨਾ। ਹਾਂ। ਇਹਦੇ ਉੱਤੇ ਚੜ ਕੇ ਇੱਥੋਂ ਵੜ ਕੇ ਅਸੀਂ ਸਟੈਂਦੇ ਹਾਂ ਲਾਸ਼ਾਂ। ਅੱਛਾ। ਉੱਥੋਂ ਤੇਰ ਸਟੈਂਦੇ ਹਾਂ। ਅੱਛਾ। ਚੌਕੀਆਂ ਸਵਾਣੀਆਂ ਮਾਰੀਆਂ ਉਹਨਾਂ ਉਸ ਦਿਹਾੜੇ? ਮੇਰੇ ਘਰ ਤੋਂ ਇੱਕ ਤੋਂ। ਅੱਛਾ। ਮੁੜ ਉਹਨਾਂ ਨੂੰ ਸਾੜਿਆ ਵੀ ਆਨੇ ਉਥਾਂ ਹੀ ਸਾੜੀ ਪੈਂਦੀ ਆ ਜਾਂ ਕਿਤੇ ਇਕੱਠੀਆਂ ਕਰਕੇ ਹੋਰ ਦੇ ਸਾੜੀ? ਉਥਾਂ ਹੀ।
अच्छा ते इत्थे कोई शिवाला भी है शिवाला धर्मशाला हाँ धर्मशाला है ओ कित्थे करके आसामी आए बाजार एक दूजा भी है ना हाँ आए कि तुम हो मैं उधर आया शोर कोटे जो लेकिन इधर इसे रात हुआ है ना ओ यार उठा जा मकान खड़ा कौन है ते हाँ 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 अच्छा धर्मशाला है हाँ ते जेड़ आई दे उठा के जो बड़ी वे ते ऐस हाथे पर लुखबे आते घर हम दा मोसन आला जड़ा घर है ये नवाई कल मोसन दा घर से देंदे हैं पटवारी बंद के डा मोसन ओ के दा घर आई उसले वांड तो पहलू पाकिस्तान बन तो पहलू हाँ वो घर के दा है जेड़ा इत्थे दो घर सामने गली दूते हमने पहलू यार मैनू ना दा पता कुछ अच्छा ज्ञान सिंह दा घर कित घर कित ज्ञान सिंह दा घर केड़ा है ज्ञान सिंह या ज्ञान चंद रतन सिंह ज्ञान सिंह हाँ चरत सिंह हाँ ये इसे बाजार दे बेचा अच्छा ये आपस में क्या लग दिया ये आपस में क्या लग दिया रतन सिंह तो चरक सिंह क्या क्या बत रही यार अच्छा ठीक हो गया अच्छा इत्थे कोई जड़ी उस जमाने कोई बंदे बीमार हो बन्ना जो कोई बाल या कोई बंदा बीमार हो बन्या तो उन्हें कहनू विखाण वही दिया कौन हाथ वे दाई थे चाके च ओ शाहजादक ने अंग आई हकीम हाँ ओ वेदा नहीं इत्थे इत्थे द्रोपे दे वेच कोई सवानी का आई ना जड़े नब्ज वे हाथ वे दिया ही वो तो हिंद नहीं आई हाँ उसे तो पूछू हाँ वो तो ना क्या वो उसे बुद्धू राम दे लगी दी आई अच्छा वो तो ना कोई ना मैनू ना नहीं हम दा अच्छा अच्छा हाँ चलो ਇਹ ਜਿਹੜੇ ਮੁੜ ਉਸਲੇ ਜਿਹੜੇ ਉਹਨਾਂ ਆਪਣੀਆਂ ਧੀਆਂ ਨੂੰ ਕਿਉਂ ਵੱਡਿਆ ਤੇ ਕਿਉਂ ਸਾੜਿਆ ਹੈ ਭਾਈ ਇਹ ਮੁਸਲਮਾਨ ਲਾ ਜਾਂਦੇ ਆਇਆ ਲਵਣ ਕਾ ਤੇ ਇੱਥੇ ਬਾਹਰ ਨਾ ਆਣ ਵਾਲੇ ਮੁਸਲਮਾਨ ਨਹੀਂ ਆ ਟੁਕ ਕੋਈ ਤੇ ਦਰੋਫੇ ਤੇ ਕੋਈ ਉਹਨਾਂ ਹਮਲਾ ਕਰਨ ਕਾਣ ਆਇਆ ਹਾਂ ਆਇਆ ਕਿਦੋਂ ਆਇਆ ਉਹ ਜਿਹੜੇ ਲਾਇ ਕੇ ਸਾੜੀਆਂ ਨੇ ਨਾ ਉਹਦਾ ਆਇਆ ਅੱਛਾ ਮੁੜ ਉਹ ਮੈਂ ਤਾਂ ਸੁਣਿਆ ਵੀ ਉਹ ਕਈ ਮੁਸਲਮਾਨ ਬਣ ਗਏ ਹਨ ਮੈਂ ਕੋਣ ਹਾਂ ਕੋਈ ਨਾ ਹਨ ਬਣੇ ਅੱਛਾ ਮੁੜ ਕੋਈ ਹੋਰ ਇੱਥੇ ਕੋਈ ਹਿੰਦੂ ਵਾਪਸ ਵੀ ਆਇਆ ਜਾਂ ਆਪਣਾ ਸਮਾਨ ਘਰ ਵੇਖਣ ਘਰ 'ਚ ਕੋਈ ਸਮਾਨ ਸਮਾਨ ਲਵਣ ਕਾ ਕੋਈ ਨਹੀਂ ਆਇਆ ਅੱਛਾ ਕੋਈ ਨਹੀਂ ਆਇਆ ਠੀਕ ਹੋ ਗਿਆ ਚਲੋ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਸਲਾਮ ਅਲੈਕੁਮ ਬਾਬਾ ਜੀ ਜ਼ਰਾ ਉੱਚਾ ਬੋਲਿਆ ਠੀਕ ਹੈ ਆਪਣਾ ਨਾਂ ਦੱਸੋ ਗੁਲਾਮ ਫਰੀਦ ਅਤੇ ਤੁਹਾਡੇ ਅੱਬੇ ਦਾ ਨਾਂ ਕੀ ਮੀਆਂ ਕਰਮ ਮੀਆਂ ਕਰਮ ਅਤੇ ਆਪਣੀ ਕੌਮ ਬੁੱਟਾ ਬੁੱਟਾ ਅਤੇ ਤੁਸੀਂ ਬੈਠੇ ਕਿੱਥੇ ਹੋ ਦਰੋਪੇ ਦਰੋਪੇ ਗਦਰ ਦੇ ਮੌਕੇ 'ਤੇ ਦਰੋਪੇ ਅੱਛਾ ਗਦਰ ਦੇ ਮੌਕੇ 'ਤੇ ਦਰੋਪੇ ਆ ਤੇ ਤੁਹਾਡੀ ਉਮਰ ਚੌਖੀ ਹੋ ਗਈ ਹੁਣ ਸੌ ਸਾਲ ਇਹਦਾ ਮਤਲਬ ਇਹ ਹੋਇਆ ਵੀ ਜਿਸਲੇ ਗਦਰ ਪਿਆ ਹੈ ਉਸਲੇ ਤੁਸੀਂ ਕਮ ਅਜ਼ ਕਮ 25-26 ਸਾਲਾਂ ਦੇ ਹਾਂ ਇਸ ਉੱਤੇ ਬੀਬੀ ਰਸਤੇ ਚੋਂ ਇੱਧਰ ਬਹਿ ਜਾ ਇੱਕ ਪਾਸੇ ਆ ਜਾ ਨਹੀਂ ਹੋਰ ਰੋਜ਼ ਹਨੇਰਾ ਹੋ ਜਾਂਦਾ ਨਾ ਸਾਹਮਣੇ ਅੱਛਾ ਮੁੜ ਇਹ ਜਿਹੜੇ ਇੱਥੇ ਦਰੋਫੇ ਦੇ ਵਿੱਚ ਵੱਡੇ ਵੱਡੇ ਕਿਰਾੜ ਰਹਿੰਦੇ ਹਨ ਅਮੀਰ ਉਹਨਾਂ ਦੇ ਨਾਂ ਤੁਹਾਨੂੰ ਯਾਦ ਹੈ ਜਿਹੜੇ ਇਹਨਾਂ ਦੀਆਂ ਹਵੇਲੀਆਂ ਹਨ ਯਾਦ ਜ਼ਰਾ ਦੱਸੋ ਭਲਾ ਬੁੱਧਰਾਮ ਆਖੀਰ ਬਾਟ ਠੀਕ ਹੋ ਗਿਆ ਇਸ ਤੋਂ ਇਲਾਵਾ ਰਾਮ ਟਿਕਾਇਆ
ਅੱਛਾ ਹੋਰ ਬੁੱਧਰਾਮ ਦੇ ਪੋਤਰਾ ਹਨ ਕਿਤਨੇ ਅੱਠ ਸੱਤ ਹਨ ਹਾਂ ਠੀਕ ਹੈ ਛੇ ਹਨ ਉਹਨਾਂ ਦੇ ਕਿਸੇ ਦਾ ਨਾਂ ਯਾਦ ਹੈ ਨਹੀਂ ਨਾਂ ਦੱਸੋ ਭਲਾ ਰੰਗ ਰਾਮ ਆਈ ਇੱਕ ਦਿਨ ਇੱਕ ਦਿਨ ਸ਼ਨਕੋਰਾ ਠੀਕ ਹੋ ਗਿਆ ਇੱਕ ਦਿਨ ਲਾਲ ਚਾਂਦਾ ਸ਼ਾਬਾਸ਼ ਹੋਰ ਇੱਕ ਦਿਨ ਰਾਮ ਲਾਲ ਇੱਕ ਦਿਨ ਕਾਸ਼ੀ ਰਾਮ ਕਿਆ ਬਾਤ ਹੈ ਇੱਕ ਨਾਂ ਹੋਰ ਰਹਿ ਗਿਆ ਜਿਹੜਾ ਪੁਲਿਸ ਵਿੱਚ ਆਈ ਉਹਦਾ ਨਾਂ ਕੀ ਆ ਉਹਦਾ ਨਾਂ ਰਾਮ ਦਾ ਅੱਬਾ ਹੈ ਬਖਤ ਰਾਮ ਬਖਤ ਰਾਮ ਅਤੇ ਜਿਹੜਾ ਤੁਸੀਂ ਉੱਥੇ ਰਹਿੰਦੇ ਆ ਉਹਦਾ ਨਾਂ ਕੀ ਹੈ ਉਸਲੇ ਧਰੋਪੇ ਅਤੇ ਤੁਹਾਡਾ ਜਿਹੜਾ ਘਰ ਆ ਉਹ ਬੁੱਧੂ ਰਾਮ ਦੇ ਹਵੇਲੀ ਤੋਂ ਚੌਖਾ ਦੂਰ ਆ ਜਾਂ ਕਿਹੜੇ ਪਾਸੇ ਕਰਕੇ ਆ ਉਹ ਇਹਨਾਂ ਇੱਕੋ ਆਈ ਅੱਜ ਇੱਕੋ ਐਰਾ ਉਹ ਆਏ ਉਹਦਾ ਮੂੰਹ ਪਰਾ ਸਾਡਾ ਮੂੰਹ ਇਹ ਜਿਹੜਾ ਬਖਤ ਰਾਮ ਖੀਰ ਬਾਠ ਆਈ ਇਹ ਮਲਕ ਵੀ ਸਦਾਈਂਦੇ ਹਨ ਮਲਕ ਹੀ ਸਦਾਈਂਦੇ ਅੱਛਾ ਇਹ ਜਿਹੜਾ ਹਾਈ ਦੁਮਾ ਬਖਤ ਰਾਮ ਇਸ ਦੀ ਹਵੇਲੀ ਕਿੱਥੇ ਕਰਕੇ ਆਈ ਇਹ ਪੋਤਰਾ ਹਨ ਉਹਦੇ ਹਾਂ ਵੱਖਰੇ ਵੱਖਰੇ ਹੱਥ ਹਨ ਕੋਈ ਨਾਲ ਕੱਟ ਅੱਛਾ ਨਹੀਂ ਉਹ ਤਾਂ ਠੀਕ ਹੈ ਇਹ ਜਦੋਂ ਹੁਣ ਦਰੋਫਿਆਂ ਇੱਥੋਂ ਨਾ ਹੱਥ ਥੱਲੇ ਲਵੀ ਵੇ ਅਤੇ ਜਿਹੜੀ ਦਰੋਫੇ ਵੜਦਿਆਂ ਨਾਲ ਇੱਕ ਜਿੱਥੇ ਸਕੂਲ ਬਣਿਆ ਰਿਹਾ ਬਾਹ ਪਿੱਛੇ ਇਹ ਹਵੇਲੀ ਘੇਰਦੀ ਆਈ ਨਹੀਂ ਨਹੀਂ ਹੁਣ ਸਕੂਲ ਪਿੱਛੇ ਛੇ ਬਣਿਆ ਰਿਹਾ ਪੁਰਾਣੇ ਘਰ ਦੇ ਵਿੱਚ ਹਵੇਲੀ ਦੇ ਵਿੱਚ ਮੂਹੀਆਂ ਪਾ ਪਾ ਅਗਲੇ ਦਿਨ ਮੈਂ ਸੁਣਾਈ ਬੁੱਧ ਰਾਮ ਇਹ ਹਾੜੀ ਗਿਆ ਹਾਂਜੀ ਇਹ ਹਾੜੀ ਗਿਆ ਹਾੜੀ ਹਾੜੀ ਕੇ ਹਾੜੀ ਇਹਨਾਂ ਦੀ ਜ਼ਮੀਨਾਂ ਚੌਖੀਆਂ ਨੇ ਇੱਥੇ ਜ਼ਮੀਨਾਂ ਸਾਰਾ ਦਰੋਪਾ ਨਾਂ ਦਾ ਸਾਰਾ ਦਰੋਪਾ ਨਾਂ ਦਾ ਹਾਂ ਅਤੇ ਇਹਨਾਂ ਦੇ ਕੋਈ ਭੱਠੇ ਛੱਠੇ ਵੀ ਲੱਗੇ ਹੋਏ ਹਨ ਭੱਠੇ ਲੱਗੇ ਹੋਏ ਲੱਗੇ ਹੋਏ ਹਨ ਅੱਛਾ ਮੁੜ ਇਹ ਦੱਸੋ ਵੀ ਇਹ ਜਿਹੜਾ ਤੁਸੀਂ ਉਹਨਾਂ ਦੀ ਕੋਈ ਸਵਾਣੀ ਜਿਹੜੀ ਹਾਈ ਇਹ ਖੀਰ ਬਾਟਾਂ ਦੀ ਕੋਈ ਕੋਈ ਡਾਕਟਰ ਨੇ ਵੀ ਸਦੀਂਦੀ ਹੁੰਦੀ ਆਏ ਕੋਈ ਜਿਹੜੀ ਕੋਈ ਦਾਈਆਂ ਦਾ ਕੰਮ ਕਰਦੀ ਹੋਵੇ ਜਾਂ ਨਬਜ਼ ਵੇਖ ਲੈਂਦੀ ਹੋਵੇ ਉਸਲੇ ਨਹੀਂ ਹਾਂ ਨਹੀਂ ਉਹ ਇਹ ਮੈਂ ਲੱਗਦਾ ਜਿਹੜਾ ਬੁੱਧੂ ਰਾਮ ਆਈ ਇਹਦੀ ਸਵਾਣੀ ਦਾਈਆਂ ਦਾ ਕੰਮ ਤਾਂ ਨਾ ਹੀ ਕਰਿਆ ਦੀ ਹਾਂ ਹੋਰ ਕਿਹੜੀ ਸਵਾਣੀ ਉਸ ਲਈ ਇੱਥੇ ਮਸ਼ਹੂਰ ਆਈ ਡਾਕਟਰ ਨੇ ਜਿਹੜੀ ਸਦੀ ਹੁੰਦੀ ਹਾਂ ਕਿਰਾੜਾਂ ਦੀ ਕਿਰਾੜਾਂ ਦੀ ਅੱਛਾ ਅੱਛਾ ਮੁੜੇ ਦੱਸੋ ਵੀ ਮੁੜ ਉਸਲੇ ਜਿਹੜਾ ਲੋਟੀਆਂ ਜਾਂ ਗਦਰ ਪਿਆ ਹਾਂ ਉਸਲੇ ਕੀ ਕੁਝ ਹੋਇਆ ਹਾਂ ਇੱਥੇ ਲੜਾਈ ਪਈ ਹੈ ਕਿਵੇਂ ਯੱਕ ਲੱਕ ਲੜਾਈ ਤਾਂ ਨਹੀਂ ਨਾ ਪਈ ਕੀ ਮਸਲਾ ਇਹ ਲੜਾਈ ਹਾਂਜੀ ਦੋ ਮੋਰਚਿਆਂ ਦੀ ਲੜਾਈ ਪਈ ਦੋਵਾਂ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਸਾੜਿਆ ਆਪਣੇ ਆਪ ਨੂੰ ਸਾੜਿਆ
ਇੱਕ ਹੈ ਰਾਮ ਰਾਮ ਉਸ ਤੇਜ਼ਾਬ ਦਾ ਪਲਟਿਆ ਜਾ ਕੇ ਚਲਾ ਮੂਸਾ ਸਾੜ ਗਈ ਹੈ ਇੱਕ ਹੈ ਰਾਮ ਲਾਲ ਉਸ ਚ ਸਾੜੀ ਹੈ ਗੈਰਤ ਕੀਤੀ ਗੈਰਤ ਕੀਤੀ ਗੈਰਤ ਕੀਤੀ ਉਸ ਹਾਂ ਬਈ ਉਹਨੇ ਮੁਸਲਮਾਨ ਸਾੜੀ ਨਹੀਂ ਤੇ ਮੁਸਲਮਾਨ ਕੋ ਤੇ ਹਮਲਾ ਕਰਨ ਕਾਰਨ ਗਏ ਹਨ ਹਾਂ ਕੋਈ ਨਾ ਗਏ ਕਿਵੇਂ ਸ਼ਾਹਣ ਕੋਈ ਨਾ ਗਏ ਦੁਆ ਜੇ ਚਾਹਣ ਕੋਈ ਨਾ ਗਏ ਤਾਂ ਮੁੜ ਉਹਨਾਂ ਕਿਵੇਂ ਸਾੜ ਲਈਆਂ ਆਪਣੀਆਂ ਧੀਆਂ ਕੋਈ ਉਹਨਾਂ ਆਪਣੀਆਂ ਸਾੜੀਆਂ ਚ ਇੱਥੇ ਕੋਈ ਖੁਸ਼ਹਾਲ ਚੰਦ ਵੀ ਹੈ ਕੈਨ ਦੇ ਛਾਈਆਂ ਨੀਰਵ ਖਿਆਲ ਛਾਈਆਂ ਤ੍ਰੋਫਾ ਕਿਹੜੇ ਦੋ ਆ ਦੋ ਬੜੇ ਬਿਆ ਇਹ ਜਿਹੜੇ ਦਰੋਪੇ ਦੇ ਵਿੱਚ ਉਸਲੇ ਚੌਖੇ ਘਰ ਹੋ ਸਨ ਲੋਟੀਆਂ ਦੇ ਵੇਲੇ ਜਾਂ ਗਦਰ ਦੇ ਵੇਲੇ ਚੌਖੇ ਘਰ ਬਹੁ ਘਰ ਢੇਰ ਹਿੰਦੂ ਹਨ ਹਿੰਦੂ ਢੇਰ ਤੇ ਹਿੰਦੂਆਂ 'ਚ ਢੇਰ ਖੀਰ ਬਾਟ ਹਨ ਜਾਂ ਕੋਈ ਹੋਰ ਵੀ ਹਨ ਨਹੀਂ ਖੀਰ ਬਾਟ ਹਨ ਅੱਛਾ ਹੋਰ ਵੀ ਹਨ ਕਈ ਜਿੰਨਾ ਦਿੱਤੀਆਂ ਹੋਈਆਂ ਹਨ ਇੱਥੇ ਉਹ ਵੀ ਆਏ ਬੋਲਾ ਬੁੱਧ ਰਾਮ ਦੇ ਘਰ ਚਾਵਲ ਆ ਅੱਛਾ ਉਹ ਮੁੜ ਚਾਵਲੀ ਨਾ ਸਲੀਂਦਾ ਬੁੱਧਵਾਣਿਆਂ ਬੁੱਧਵਾਣਿਆਂ ਦੇ ਅੱਛਾ ਇਹ ਸ਼ੰਕਰ ਦਾਸ ਵੀ ਹਾਂ ਕੋਈ ਉਹਦਾ ਪੁੱਤ ਸ਼ੰਕਰ ਆਏ ਰਾਮ ਰਾਂਗ ਸ਼ੰਕਰ ਆਏ ਵੱਡਾ ਅੱਛਾ ਇਹ ਵੱਡਾ ਹੈ ਵੱਡਾ ਹੈ ਮੈਨੂੰ ਲੜਾ ਚੇਤਾ ਅੱਛਾ ਇਹ ਕੀ ਕੰਮ ਕਰਦਾ ਹੈ ਸ਼ੰਕਰ ਕੀ ਕੰਮ ਕਰਦਾ ਹੈ ਹਾਂ ਸ਼ੰਕਰ ਕੀ ਕੰਮ ਕਰਦਾ ਹੈ ਸੰਗਤ ਵੀ ਕੀ ਨਾ ਹਾਂਜੀ ਕੀ ਨਾ ਸਦੈਨਾ ਸ਼ੰਕਰ ਦਾਸ ਜਿਹੜਾ ਉਹ ਕੀ ਕੰਮ ਕਰਦਾ ਹੈ ਅੰਜ ਸੇਠ ਆਈ ਹਾਂ ਠੇਕੇ ਲਾ ਲੈਂਦਾ ਕਿਸ਼ਾ ਦੇ ਰਕਬੇ ਦੇ ਅੱਛਾ ਬਾਰ ਬਾਰ ਦੇ ਲੈਣੇ ਇਹ ਸ਼ੰਕਰ ਦਾਸ ਦਾ ਜਿਹੜਾ ਘਰ ਆਏ ਉਹ ਕਿੱਥੇ ਕਰਕੇ ਆਏ ਦਰੋਪੇ ਪੱਕਾ ਬਣਿਆ ਹੋਇਆ ਪੱਕਾ ਹੁਣ ਵੀ ਖਲੋਤਾ ਹੁਣ ਵੀ ਖੜਾ ਹੁਣ ਉਹ ਘਰ ਕੀ ਨਾਂ ਦੇ ਕੋਲ ਹੈ ਕੋਲ ਉਸ ਅਵਾਣ ਦਾ ਨਾਂ ਕੀ ਜਿਹਦੇ ਕੋਲ ਘਰ ਹੈ ਸ਼ਰਫਦੀਨ 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 ਅੱਛਾ ਤੇ ਜਿਹੜਾ ਬੁੱਧੂ ਰਾਮ ਦੇ ਜਿਹੜਾ ਘਰ ਆਏ ਬੁੱਧੂ ਰਾਮ ਦਾ ਬੁੱਧੂ ਰਾਮ ਦਾ ਸਾਡੇ ਨਾਲ ਹਾਂਜੀ ਸਾਡੇ ਨਾਲ ਤੁਹਾਡਾ ਘਰ ਬੁੱਧੂ ਰਾਮ ਦੇ ਨਾਲ ਆ ਨਹੀਂ ਨਾਲ ਤਾਂ ਮਤਲਬ ਹੁੰਦਾ ਵੀ ਕੱਦਾਂ ਰਲਦੀਆਂ ਜਾਂ ਉਂਝ ਨੇੜੇ ਪੈਂਦਾ ਕੱਦਾਂ ਰਲਦੀਆਂ ਤੁਹਾਡਾ ਘਰ ਕੱਚਾ ਬਣਿਆ ਹੋਇਆ ਪੱਕਾ ਬਣਿਆ ਹੋਇਆ ਕੱਚਾ ਤੁਸੀਂ ਬੁੱਧੂ ਰਾਮ ਨੂੰ ਸੰਭਲਦੇ ਹੋ ਸੰਭਲਦੇ ਹਾਂ ਦੇਖਿਆ ਉਹਦਾ ਪਿਓ ਵੀਰ ਚੰਦ ਦੇਖਿਆ ਅੱਛਾ ਇਹਨੇ ਬੁੱਧੂ ਰਾਮ ਦਾ ਪਿਓ ਜਿਹੜਾ ਵੀਰ ਚੰਦ ਆਏ ਉਹਨੂੰ ਵੀ ਤੁਸੀਂ ਵੇਖਿਆ ਹੋਇਆ ਉਹਨੂੰ ਦੇਖਿਆ ਉਹ ਵੇਖਣ ਕਿਹੋ ਜਿਹਾ ਲੱਗਦਾ ਬੁੱਢਾ ਬੰਦਾ ਹੈ ਨਹੀਂ ਮਤਲਬ ਕੱਦ ਕਾਟ ਦਾ ਕੀ ਹੋਏ ਰੰਗ ਕਿਹੋ ਜਿਹਾ ਹਾਸ ਹੋਂ ਰੰਗ ਜੀ ਚੰਗਾ ਹੋਂ ਤੇ ਜਿਹੜਾ ਬੁੱਧੂ ਰਾਮ ਆਏ ਉਹ ਬੁੱਧੂ ਰਾਮ ਦੇ ਤਰਕੜਾ ਆਏ ਅੱਛਾ ਬੁੱਧੂ ਰਾਮ ਦੇ ਪੋਤਰੀ ਤਰਕੜਿਆ ਤੇ ਇੱਥੇ ਦਰੋਪੇ ਦੇ ਵਿੱਚ ਬਖਤ ਰਾਮ ਦੀ ਵੀ ਕੋਈ ਹਵੇਲੀ ਹੈ ਬਖਤ ਰਾਮ ਦੀ ਹਵੇਲੀ ਹੈ ਉਹ ਕਿੱਥੇ ਕਰਕੇ ਬਖਤ ਰਾਮ ਦੇ ਘਰ ਉਹ ਫੇਰ ਜਾਏ ਐਂ ਟੁਰ ਜਾਏ ਨਹੀਂ ਐਂ ਕਰਕੇ
ਨਹੀਂ ਹੁਣ ਉਹ ਜਿਹੜਾ ਭਗਤ ਰਾਮ ਦਾ ਜਿਹੜਾ ਘਰ ਹੈ ਉਹ ਕਿਹਨਾਂ ਨੂੰ ਮਿਲਿਆ? ਉਹ ਮਿਲਿਆ ਹਲੇ ਮੰਮੋ ਸੌਦਾਈਆਂ ਦਾ। ਕਹਿ ਸਕਦੇ ਨੇ ਹਲੇ ਮੰਮੋ ਸੌਦਾਈਆਂ ਦਾ, ਅਲੀ ਮੰਮੋ ਸੌਦਾਈਆਂ ਦਾ। ਅੱਛਾ, ਇਸ ਨੂੰ ਅਲਾਟ ਹੋਇਆ ਉਹ ਘਰ ਭਗਤ ਰਾਮ ਦਾ? ਠੀਕ ਹੋ ਗਿਆ। ਜਦੋਂ ਤੁਹਾਡੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮੁਲਾਕਾਤ ਹੋਈ ਆਈ ਤਾਂ ਤੁਸੀਂ ਉਸਲੇ ਦੱਸਿਆ ਕਿ ਬਈ ਉਸਲੇ ਕੋਈ ਮਸ਼ਹੂਰ ਕੋਈ ਡਾਕੂ ਆਏ ਕੋਡਣ। ਕੋਡਣ ਆਏ, ਉਹਦਾ ਨਾਂ ਕੀ ਆਏ? ਨੂਰ। ਉਹ ਡਾਕਾ ਮਾਰਨ ਆਇਆ, ਇਸ ਨੂੰ ਲੁੱਟ, ਦਰੋਪੇ ਨੂੰ ਲੁੱਟਣ ਕਾਣ ਆਇਆ? ਮਹਿਮੂਦ ਮਹਿਮੂਦ ਕੋਡਣ ਮਹਿਮੂਦ ਕੋਡਣ ਮਹਿਮੂਦ ਕੋਡਣ। ਅੱਛਾ, ਤੇ ਤੁਸੀਂ ਵੀ ਗਏ ਆ ਲੋਟੀਆਂ ਕਰਨ? ਤਾਂ ਤੁਸੀਂ ਤਾਂ ਛੁਆਰ ਹੀ ਆ ਜਵਾਨ, ਉਸਲੇ ਪੰਜੀਆਂ ਸਾਲਾਂ ਤੋਂ ਵੱਡੇ ਆ, ਤੇ ਮੁੜ ਤੁਸੀਂ ਲੋਟੀਆਂ ਕੋਈ ਨਾ ਕੀਤੀਆਂ? ਲੋਟੀਆਂ ਕੀਤੀਆਂ ਹਨ। ਹਾਂ, ਦਾਣੇ ਦੂਣੇ ਚਾਇਆ। ਅੱਛਾ, ਲੋੜ ਦਿਸ਼ਾ ਚਾਇਆ। ਤਾਂ ਬੁੱਧੂ ਰਾਮ ਦੇ ਘਰ ਕੋਈ ਨਾ ਮੁਣਸ਼ੀਆਂ ਚਾਵਣ ਗਿਆ ਜਿਹੜੇ ਉਹ ਤਾਂ ਤੁਹਾਡਾ ਗਵਾਡੀ ਆ? ਉਹਦੇ ਉਹਦੀ ਵਲ ਗੱਲ ਆਈ। ਵਲ ਗੱਲ ਆਈ, ਵਲ ਗੱਲ ਆਈ। ਗੱਲਾਂ ਬਾਤਾਂ ਕਰਨ ਦੇ ਰਹੇ। ਉਹਦੇ ਨਾਲ ਗੱਲ ਨਹੀਂ, ਉਹ ਤਾਂ ਤੁਸੀਂ ਮੁੜ ਅੱਗੇ ਦੱਸਿਆ ਕਿ ਬਈ ਉਹ ਕਈ ਮੁਸਲਮਾਨ ਹੋ ਗਏ, ਉਹਨਾਂ ਦੀਆਂ ਬੋਧੀਆਂ ਵੱਢ ਛੋੜੀਆਂ, ਦੇਗਾਂ ਪਕਾਈਆਂ, ਅਤੇ ਮੁੜ ਉਹ ਕੀ ਗੱਲ ਆਈ? ਬੋਧੀਆਂ ਵੱਢੀਆਂ? ਹਾਂ, ਕਿਹਦੀਆਂ? ਨਹੀਂ ਨਹੀਂ, ਕਿਹੜੇ ਹਿੰਦੂਆਂ ਦੀਆਂ ਬੋਧੀਆਂ? ਉਹਨਾਂ ਦੇ ਨਾਂ ਕੀ ਹਨ ਜਿਹਨਾਂ ਨੂੰ ਮੁਸਲਮਾਨ ਬਣਾਇਆ? ਇਹਨਾਂ ਦੇ ਕੋਈ ਬੁੱਧੂ ਰਾਮ ਵਾਲਿਆਂ 'ਚੋਂ ਇਹਨਾਂ ਦੇ ਕੋਈ ਮੁਸਲਮਾਨ ਹੋਏ ਹਨ? ਹੋਇਆ। ਕਿਹੜਾ? ਬੁੱਧੂ ਰਾਮ ਹੋਇਆ। ਦਾੜਾ ਬੜਾ ਰਖਾਇਆ। ਅਤੇ ਉਹ ਸ਼ੰਕਰ? ਸ਼ੰਕਰ ਹੀ ਹੋਇਆ। ਲਾਲ ਚੰਦ? ਲਾਲ ਚੰਦ ਹੀ ਹੋਇਆ। ਇਹ ਮੁਸਲਮਾਨ ਹੋ ਗਏ? ਮੁਸਲਮਾਨ ਜੱਟ ਪਾਇਆ ਨੇ। ਅੱਛਾ, ਮੁੜ ਗੁਰਖਿਆ ਕਹਿੰਦੇ ਆ। ਰਾਤੀ ਉਹਨਾਂ ਨੇ ਗਾਣ ਵੈੜੀ ਸ਼ੈੜੀ ਕੀਤੀ। ਅੱਛਾ, ਗੋਰਖੇ? ਅੱਛਾ, ਮਦਰੇ 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 ਚੰਗੇ ਮਦਰੇ ਉਹਨਾਂ ਦੇ ਪਾਸੇ ਨਾਲ ਬੰਦੂਕਾਂ। ਉਹ ਸਾਡੇ ਬੰਦੇ ਜਾਣ ਡਰਦੇ, ਉਹਨਾਂ ਨੂੰ ਗੱਡੀਆਂ ਟਰੱਕਾਂ 'ਚ ਪਾ ਕੇ ਲੈ ਗਏ? ਟਰੱਕਾਂ 'ਚ ਪਾ ਕੇ ਕਿਤੇ ਲੈ ਗਏ ਉਹਨਾਂ ਨੂੰ? ਟਰੱਕਾਂ 'ਚ ਪਾ ਕੇ ਇੱਥੋਂ ਦੇ ਬਾਰੇ ਆ ਮਾਰੇ ਗਏ ਨੇ। ਹਾਂ ਹਾਂ, ਅੱਗਾ ਮੁੜ ਕੋਈ ਨਹੀਂ ਪਤਾ, ਅੱਗਾ ਕੋਈ ਪਤਾ। ਇਹਨਾਂ ਦੇ 'ਚ ਮੁੜ ਕੋਈ ਬੁੱਧੂ ਰਾਮ 'ਚ ਜਾਂ ਸ਼ੰਕਰ ਦਾਸ 'ਚ ਜਾਂ ਕੋਈ ਇਹਨਾਂ ਦੇ 'ਚ ਕੋਈ ਮਾਲਕ ਆਇਆ ਹੋਵੇ ਇੱਥੇ? ਸੁਨਾਰੇ ਆ। ਸੁਨਾਰੇ ਕਿਹੜੇ ਕਿਹੜੇ ਆ ਇੱਥੇ? ਸੁਨਾਰੇ ਆ ਇੱਕ ਲਾਲ ਚੰਦ, ਇੱਕ ਰਾਮ ਲਾਲ, ਇੱਕ ਉਹਨਾਂ ਦਾ ਪਿਓ ਆਏ ਉਹਦਾ ਮੈਂ ਚੇਤਨ। ਅੱਛਾ, ਇਹ ਸੁਨਾਰੇ ਦਾ ਕੰਮ ਕਰਦੇ ਹਨ? ਹਾਂ, ਇਹ ਸੁਨਾਰੇ ਹਨ? ਸੁਨਾਰੇ ਹਨ। ਇੱਥੇ ਦਰੋਪੇ ਕੰਮ ਕਰਦੇ ਹਨ ਜਾਂ ਕਿਤੇ ਹੋਰ ਦੇ ਕਰਦੇ ਹਨ? ਦਰੋਪੇ। ਅੱਛਾ, ਉਹ ਨਾ ਸਮਾਨ ਕੱਢਿਆ ਪਾ ਦੇ। ਅੱਛਾ, ਸਮਾਨ ਪਾਇਆ ਕੱਢਿਆ ਉਹਨੇ, ਸਮਾਨ ਮੁੜ ਰਹਿ ਗਿਆ ਉਹਨੇ ਅੰਦਰੇ। ਅੱਛਾ, ਅੱਛਾ, ਉਸਲੇ ਇਹ ਦੱਸੋ ਬਈ ਤੁਹਾਡੇ ਜ਼ਮਾਨੇ 'ਚ ਉਸਲੇ ਮੁਸਲਮਾਨਾਂ ਦਾ ਇੱਥੋਂ ਦਾ ਵੱਡਾ ਜ਼ਿਮੀਦਾਰ ਕਿਹੜਾ ਹੈ? ਇਹ ਫਰੀਦ ਮਹਿਮੂਦ ਕਾਠੀ ਆ ਜਿਹੜਾ ਹੈ? ਫਰੀਦ ਮਹਿਮੂਦ ਚਿੱਤੂ। ਚਿੱਤੂ ਆਏ? ਚਿੱਤੂ ਆ। ਅੱਛਾ, ਮਰਦ ਹੋਇਆ। ਉਸਨੇ ਮਰਦ ਕਿਹੜਾ ਆ ਇੱਥੇ? ਮਰਦ ਰਾਜਾ ਆਇਆ ਸੁਣ ਕੇ, ਅੱਗੇ ਬੋਲਿਆ ਰਾਜੇ ਦੀ ਸਰਦਾਰ ਰਾਜੇ ਘੋਟਣ ਇੱਕ ਮਾਮੋ ਦਿੱਤੇ ਦਾ। ਅੱਛਾ, ਇਹ ਆ ਕੇ ਜੁੜਿਆ
ਪਿੱਛੇ ਜਿਹਾ ਅੱਛਾ ਹੁਣ ਇੱਕ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਜਰਾ ਧਿਆਨ ਨਾਲ ਯਾਦ ਦੱਸ ਕਰਕੇ ਦੱਸਿਆ ਜੇ ਸਭ ਇੱਥੇ ਹਿੰਦੜੀਆਂ ਗੈਰਤ ਵੱਡੀਆਂ ਹਨ ਉਹਨਾਂ ਦੇ ਵਿੱਚੋਂ ਉਹਦਾ ਨਾਂ ਯਾਦ ਹੈ ਉਹਦਾ ਨਾਂ ਕੀ ਆ ਨਾਂ ਬੜੇ ਯਾਦ ਦੱਸੋ ਭਲਾ ਇੱਕ ਤਾਂ ਦੀਨਾ ਹੈ ਉਹਦਾ ਨਾਂ ਹੈ ਕੁੰਦਲਾ ਅੱਛਾ ਉਹ ਮੁੰਡਾ ਦੀਨਾ ਹੈ ਉਹ ਆਇਆ ਹੈ ਉਹਦੇ ਪੇਕੇ ਅੱਛਾ ਅਜੇ ਕੁਆਰੀ ਆਏ ਉਹਦੇ ਪੇਕੇ ਆਇਆ ਸਾਨੂੰ ਨਾ ਪੁੱਛਿਆ ਉਹਦਾ ਬਿਰਾ ਸੋਹਣਾ ਸੋਹਣਾ ਉਹਦੇ ਨਾਂ ਆਏ ਅੱਛਾ ਪਿੱਪਾ ਦੇ ਹੇਠ ਘਰ ਆ ਹੁਣ ਤਾਂ ਪਿੱਪਲ ਹੀ ਪਟੀ ਗਿਆ ਉਹਨਾਂ ਪੁੱਛਿਆ ਦੱਸਿਆ ਕੋਈ ਕੋਈ ਪਤਾ ਨਹੀਂ ਕਿਹੜੀ ਪਾਰਟੀ ਲਾ ਗਿਆ ਕਿਹੜਾ ਜਾਂ ਨਿਗਾਹ ਕੀਤਾ ਅੱਛਾ ਇੱਥੇ ਕੋਈ ਗਿਆਨ ਸਿੰਘ ਵੀ ਹੈ ਗਿਆਨ ਸਿੰਘ ਆਏ ਪਿੱਪਾ ਦੇ ਹੇਠ ਅੱਛਾ ਤਾਂ ਘਰ ਪਿੱਪਲ ਦੇ ਹੇਠ ਆਏ ਪਿੱਪਾ ਦੇ ਇਹ ਗਿਆਨ ਸਿੰਘ ਵੀ ਕਤਲ ਕੀਤਾ ਹੈ ਸਵਾਣੀਆਂ ਨੂੰ ਨਹੀਂ ਹਾਂ ਗਿਆਨ ਸਿੰਘ ਕੋਈ ਅੱਛਾ ਇਹ ਜਿਹੜੀ ਮੈਂ ਤੁਹਾਡੇ ਗੱਲਾਂ ਪੁੱਛਦਾ ਪਿਆ ਨਾ ਇਹ ਭਗਤ ਰਾਮ ਦੀ ਜਿਹੜੀ ਧੀ ਹੈ ਨਾ ਇੰਦਰਾ ਉਹਦਾ ਨਾਂ ਹੈ ਇੰਦਰ ਉੱਥੇ ਇਹ ਪੁਲਿਸ ਵਿੱਚ ਨੌਕਰੀ ਕਰਿੰਦਾ ਸੀ ਭਗਤ ਰਾਮ ਮੁਲਤਾਨ ਲੱਗੋ ਆ ਉੱਥੇ ਸਕੂਲ ਪੜ੍ਹਦੀ ਹੈ ਸ਼ੇਰ ਜਿਸ ਵੇਲੇ ਲੋਟੀਆਂ ਪਈਆਂ ਉਹ ਉੱਥੋਂ ਮੁਲਤਾਨ ਨੂੰ ਵਗ ਗਈ ਹਿੰਦੁਸਤਾਨ ਰਹਿੰਦੀ ਇੱਥੋਂ ਜੰਮ ਪੱਲੀ ਇੱਥੋਂ ਧਰੋਪੇ ਦੀ ਹਾਈ ਉਹ ਮਰਦੇ ਸਿੰਧੀਆਂ ਵੀ ਸਾਡੇ ਫਲਾਣੇ ਫਲਾਣੇ ਇਹ ਉੱਥੇ ਵੱਡੇ ਕੇ ਸਾਡੇ ਰਹਿੰਦੇ ਹਨ ਸਾਡਾ ਦਾਦੇ ਦਾ ਬੁੱਧੂ ਰਾਮ ਵੀ ਹਾਈ ਉਹਨਾਂ ਦੀ ਵੱਡੀ ਸਾਰੀ ਹਵੇਲੀ ਆਈ ਜਿਹੜੇ ਜਿਹੜੇ ਉਸ ਛੇ ਆਪਣੇ ਸਕਿਆਂ ਦੇ ਨਾਂ ਦੱਸੇ ਜਿਹਨਾਂ ਦੇ ਤੁਸੀਂ ਨਾਂ ਦੱਸੇ ਹਨ ਠੀਕ ਹੈ ਨਾ ਉਸ ਦੱਸਿਆ ਕਿ ਵੀ ਉਹਨਾਂ ਨੂੰ ਇਹ ਪਤਾ ਲੱਗਾ ਵੀ ਜਿਹੜਾ ਗਿਆਨ ਸਿੰਘ ਆਈ ਨਾ ਉਸ ਛੇਰੀ ਵੱਡੀਆਂ ਹਨ ਜਿਹੜੀ ਉਹਨਾਂ ਦੀ ਆਪਣੀ ਹਿੰਦੜੀਆਂ ਹਨ ਵਗੈਰਾ ਤੁਝੇ ਵੱਡੀਆਂ ਹਨ ਅੱਛਾ ਉਸ ਵਟਵਾਈਆਂ ਹਨ ਉਹਦੀਆਂ ਰਾਮ ਚੰਦ ਅੱਛਾ ਉਸਨੂੰ ਲੋਕ ਵੇਖਣ ਦਾ ਮੋਲ ਪਏ ਅੱਛਾ ਏਡੀ ਸੋਹਣੀ ਆਈ ਉਹ ਮੁਢੇਰ ਬੰਦੇ ਵੇਖਣ ਅਸੀਂ ਗਿਆ ਵੇਖਣ ਗਿਆ ਵੇਖਣ ਗਿਆ ਬੜੀ ਸੁਨੱਖੀ ਆਈ ਅੱਛਾ ਯਾਨੀ ਕਿ ਜਿਹੜਾ ਗਿਆਨ ਸਿੰਘ ਆ ਇਸ ਵਟਵਾਈਆਂ ਹਨ ਲੇਕਿਨ ਵੱਢਣ ਵਾਲਾ ਜਿਹੜਾ ਹੈ ਉਹਦਾ ਨਾਂ ਕੁਝ ਹੋਰ ਆ ਉਹਦਾ ਨਾਂ ਉਹਦਾ ਨਾਂ ਕੀ ਆ ਰਾਮ ਅੱਛਾ ਠੀਕ ਹੋ ਗਿਆ ਤੇ ਉਹ ਜਿਹੜਾ ਹਾਂ ਜਿਹੜਾ ਬੇਵਕੂਫਾ ਨਾ ਬੇਵਕੂਫਾ ਨੂੰ ਲਾਇਆ ਨਾ ਨਹੀਂ ਤੇ ਜਿਹੜਾ ਤੁਸੀਂ ਦੱਸਿੰਦੇ ਆ ਕਿ ਬਈ ਇਸ ਦਰੋਪੇ ਦਾ ਬਾਹਰੋਂ ਮੁਸਲਮਾਨਾਂ ਢੋਲ ਢਮੱਕੇ ਲਿਆ ਕੇ ਤੇ ਘੇਰਾ ਕਿਤੇ ਹੋਇਆ ਹਾਂ ਉਹ ਕਿਹੜੀ ਗੱਲ ਆਈ ਘੇਰਾ ਜਦੋਂ ਇਹ ਦਰੋਪੇ ਨੂੰ ਲੁੱਟਣ ਗਾਣ ਬਾਹਰੋਂ ਮੁਸਲਮਾਨ ਆਇਆ ਤੇ ਮੁੜ ਉਹ ਜਿਹੜਾ ਪੀਰ ਸਾਦਿਕ ਹੁਸੈਨ ਜਿਹੜਾ ਗਿਆ ਜਿਹੜਾ ਇੱਥੋਂ ਦਾ ਪੀਰ ਆਈ ਜਿਹੜਾ ਉਹ ਉਹਨਾਂ ਨੂੰ ਰੋਕਣ ਕਾਣ ਪੀਰ ਕਾਸਿਮ ਸ਼ਾਹ ਹਾਂ ਉਹ ਗੱਲ ਸੁਣਾ ਨਾ ਪੀਰ ਕਾਸਿਮ ਸ਼ਾਹ ਤੇ ਜਾ ਕੁੱਕ ਹਾਂ ਉਹਦਾ ਗਿਆ ਸਾ ਮੁਸਲਮਾਨ ਹੋਣਾ ਉਹ ਮੁਸਲਮਾਨਾਂ ਨੂੰ ਚੰਗਿਆ ਸਮਝਦਾ ਅੱਛਾ ਪੀਰ ਸਾਹਿਬ ਉਸ ਮੁੜ ਘੋੜੇ 'ਤੇ ਚੜ ਗਿਆ ਅਤੇ ਮਗਰੂ ਬੁੱਧੂ ਰਾਮ ਨਿਭਾਲ ਜਿਹੜਾ ਸਰਦਾਰ ਆ ਉਹ ਮਗਰੂ ਬਹਿ ਗਿਆ ਉਹ ਸੋਟੀ ਨਾਲ ਪਿੱਛਾ ਆ ਗਿਆ ਉਹਨੂੰ ਮੁੜ ਪੀਰ ਨੂੰ ਮੰਨਦੇ ਮੰਨੇ ਹੁੰਦੇ ਆ ਪਿੱਛਾ ਹਟਾਉਂਦੇ ਹਟਾਉਂਦਾ ਉਸ ਮੁੜ ਸਾਰੇ ਬੰਦੇ ਹਟਾ ਛੋੜੇ ਲੜਾਈ ਪਵਾਣੀ ਨਾ ਜਿੱਤੀ ਪਤਾ ਨਹੀਂ ਕੌਣ ਲੜੀ ਆ ਅੱਛਾ ਉਹ ਜਿਹੜਾ ਪਿੱਪਲ ਹਾਂ ਜਿਹੜਾ ਤੁਸੀਂ ਆਉਂਦੇ ਪਏ ਪਹਿਲੋਂ ਜਿੱਥੇ ਤੁਹਾਡੇ
ਉਹ ਰਹਿੰਦਾ ਹਾਈ ਬੁੱਧੂ ਰਾਮ ਜਾਂ ਜਿਹੜਾ ਗਿਆਨ ਸਿੰਘ ਦਾ ਘਰ, ਉਹ ਪੀਪਲ ਕਿੱਥੇ ਕਰਕੇ? ਹਾਂ ਪਰਵੜੀ ਲਿਆ ਨਾ ਨਹੀਂ, ਹੁਣ ਜਿਹੜਾ ਨਾਰ ਤੂੰ ਰਾਹ ਸਿੱਧਾ ਦਰੋਪੇ ਨੂੰ ਅੰਦਰ ਵੜਦਾ ਹੈ, ਇੱਕ ਤਾਂ ਇਹ ਰਾਹ ਤੇ ਇਸ ਦਰੋਪੇ ਨੂੰ ਕਿਤੋਂ ਹੋਰ ਵੀ ਆਵਣ ਕਾ ਰਾਹ ਹੈ, ਦੂਆ ਰਾਹ ਕਿਤੋਂ ਆਉਂਦਾ? ਦੂਆ ਰਾਹ ਹੋਰ ਜਾਂਦਾ ਹੈ ਪੋਲ ਤੇ, ਇਹ ਸੜਕ ਪੱਕੀ ਹੈ। ਪੱਕੀ ਸੜਕ। ਅੱਛਾ, ਇਹ ਦਰੋਪੇ ਦੀ ਦੋ ਆਬਾਦੀਆਂ ਹਨ? ਦੋ ਆਬਾਦੀਆਂ, ਮਤਲਬ ਗਦਰ ਤੋਂ ਪਹਿਲੂ ਦੀਆਂ ਦੋ ਆਬਾਦੀਆਂ ਹਨ? ਪਹਿਲੂ। ਅੱਛਾ, ਵੱਡਾ ਬਾਜ਼ਾਰ। ਹਾਂ, ਉੱਥੇ ਕੋਈ ਹਿੰਦੂਆਂ ਦਾ ਕੋਈ ਮੰਦਰ ਵੀ? ਹਾਂ, ਜਿੱਥੇ ਆਪਣੀਆਂ ਘੰਟੀਆਂ ਛੰਡਕੀਆਂ ਖੜਕਾਉਂਦੀਆਂ ਹਨ ਜਾਂ ਕੋਈ ਇਬਾਦਤ ਕਰਦੇ ਹਨ, ਆਪਣੇ ਕੋਲ ਬਹੁਤ ਸ਼ੁੱਧ ਰੱਖੇ ਹੋਏ? ਹਾਂ, ਵਿਚਾਰੇ ਦਾ। ਅੱਛਾ, ਦਵਾਈ ਸ਼ੋਰ ਦੁਆ ਦੋ। ਬੋਲੂ ਵੀ ਆਈ ਪਰ ਵੀ ਆ। ਅੱਛਾ, ਉਹ ਵਿਚਾਰੇ ਜੀ ਗੁਰਦੁਆਰਾ ਗੁਰਦੁਆਰਾ ਸਾਡਾ ਸਿੱਖਾਂ ਨੂੰ। ਅੱਛਾ, ਜਿਹੜਾ ਜਿਹੜਾ ਬਖਤ ਰਾਮ ਹੈ, ਤੁਸੀਂ ਬਖਤ ਰਾਮ ਵੇਖਿਓ ਹੈ? ਵੇਖਿਆ। ਕਿਹੋ ਜਿਹਾ, ਮਤਲਬ ਜਿਵੇਂ ਉਹਦਾ ਹੁਣ ਅਗਰ ਉਹਦਾ ਹੁਲੀਆ ਬਿਆਨ ਕਰੋ ਬਈ, ਵੇਖਣ ਕਿਵੇਂ ਲੱਗਦਾ ਹੁਣ ਬੰਦਾ ਤੱਕ ਪਛਾਣ ਸਕੇ ਕਿ ਹਾਂ ਬਈ, ਇਸ ਤੋਂ ਪਤਾ ਲੱਗੇ ਵੀ ਹਾਂ ਤੁਸੀਂ ਬਖਤ ਰਾਮ ਨੂੰ ਵੇਖਿਓ ਹੈ? ਵੇਖਿਆ, ਸੋਹਣਾ ਗੱਭਰੂਆ ਫਣਦਾਰ। ਅੱਛਾ, ਵੇਖਿਆ ਬੜਾ ਪਕਾ ਕੇ। ਹਾਂ, ਨਹੀਂ ਹੁਣ ਕਦ ਕਾਟ ਕੇ ਡਾ ਕਾਸੂ ਕਾਟ ਕਾਟ ਹੁੰਦਾ ਹੈ ਰੰਦੇ ਲੈ ਸਭ ਬੋਝੇ ਚੜਿਆ ਹੋਇਆ। ਹਾਂ, ਬੁੱਧੂ ਰਾਮ ਦਾ ਬਹੁਤ। ਅਤੇ ਇਹਨਾਂ ਦੇ ਕੋਲ ਉਸ ਵੇਲੇ ਕੋਈ ਘੋੜੀਆਂ ਛੋੜੀਆਂ ਵੀ ਹੁੰਦੀਆਂ? ਘੋੜੀਆਂ ਨੇ, ਘੋੜੀਆਂ ਚੌਕੀਆਂ, ਘੋੜੀਆਂ ਪੰਜ ਚਾਰ। ਅਤੇ ਟਾਂਗੇ ਛਾਂਗੇ ਵੀ ਹਨ? ਕੇਸ਼ਾ ਟਾਂਗੇ ਨਹੀਂ, ਟਾਂਗਾ ਨਹੀਂ ਦੇਖ। ਕੋਈ ਗੱਡੇ ਜਿਹੜੇ ਤੇ ਸਮਾਨ ਸਮੂਨ ਦਿੰਦੇ ਹੋ? ਨਹੀਂ, ਟਾਂਗਾ ਕੋਈ। ਅੱਛਾ, ਅਤੇ ਇਹਨਾਂ ਦੇ ਪੱਠੇ ਕਿੱਥੇ ਲੱਗੇ ਹੋਏ ਆ? ਇਹਨਾਂ ਦੇ ਪੱਠੇ ਲੱਗੇ ਹੋਏ ਹੋਲੀ ਮਾਰ ਦਿਆ। ਪਹਿਲੀ ਮਾਰ ਦਿਆ ਉਸ ਵੇਲੇ ਕੱਚੀ ਨਾਰ ਤਾਂ ਕੋਈ ਨਾ ਹੋਣਾ ਸੀ, ਪੱਕੀ ਨਾਰ ਬਣੀ ਹੋਈ ਆ? ਪੱਕੀ ਨਾਰ। ਅੱਛਾ, ਉਹ ਪੱਠੇ ਮੁੜ ਕੇ ਇਹਨਾਂ ਨੂੰ ਮਿਲੇ? ਉਹ ਪੱਠੇ ਬਸ ਮੁਸਲਮਾਨ ਚਾਲ ਹੈ। ਅੱਛਾ, ਚਾਲ ਹੈ, ਭੁੱਖੀਆਂ ਬਲਾਈਆਂ ਹਨ, ਉਹਨਾਂ ਚਾਲ ਦੇ। ਅੱਛਾ, ਇਹਨੂੰ ਇੱਧਰੋਂ ਫਿਰ ਲੁੱਟਣ ਕਾਰਨ ਮੁਸਲਮਾਨ ਮੁੜ ਲੁੱਟਿਆ ਕੋਈ ਨਾ? ਲੁੱਟਿਆ ਨੇ, ਜਿਹੜਾ ਦੂਆ ਸਮਾਨ ਹੈ ਉਹ ਲੁੱਟਿਆ ਨੇ। ਅੱਛਾ, ਛੇਰੀ ਛੇਰੀ ਕੋਈ ਨਾ ਚਾਹ ਕੇ ਲੈ ਕੇ? ਨਹੀਂ, ਛੋਰੀ। ਹਾਂ, ਦਿਸ਼ੀਆਂ ਨਹੀਂ। ਹਾਂ, ਇਹ ਰਾਮ ਦੇ ਲਾਲ ਇੱਕ ਜੀਵਾ ਜੀਵਾ ਤੁਲਸੀ ਦੀ ਉਹ ਟੁਰ ਪਈ ਰੋਵੇ ਸ਼ਾਹੀ ਅਤੇ ਉਮਰੇ ਵਾਲਾ ਖੂਹ ਹੈ। ਅੱਛਾ, ਪਹਿਲੀ ਛੋੜ ਦੇ ਉਮਰੇ ਵਾਲਾ, ਉਮਰੇ ਵਾਲਾ ਖੂਹ, ਉਮਰੇ ਵਾਲਾ। ਅੱਛਾ, ਜਿਹੜਾ ਮੈਂ ਤਾਂ ਮੋਡਲ ਵੀ ਹੋਏ ਪੇਕ ਕੇ ਖੂਹ ਦੇ ਮੌਕ ਕੀਤਾ, ਮੈਨੂੰ ਨਹੀਂ ਮਰੇ। ਅੱਛਾ, ਉਹਨਾਂ ਮੁੜ ਮਾਰੀ ਨਾ ਤਰਾ ਰਾਤ ਅਸੀਂ ਸਾਰਿਆਂ ਉਹਨਾਂ ਮਾਰੀ ਕਾਏ ਘੋੜਾ ਹੱਥਾਂ ਨਾਲ ਕਾਏ ਨੇ ਮਾਰੀ। ਨਹੀਂ ਤੇ ਉਸ ਜਿਹੜਾ ਉਹ ਮਸ਼ਹੂਰ ਘੋਡਣ ਡਾਕੂ ਦਾ ਨਾਂ ਤੁਸੀਂ ਲਿਆ, ਉਹ ਕੋਈ ਨਾ ਆਇਆ ਲੁੱਟਣ ਕਾ? ਲੁੱਟਣ ਕਾਣ ਆਇਆ, ਉਹ ਸਮਾਨ ਲੁੱਟਿਆ, ਖੀਰ ਬਾਟਾ ਨੂੰ ਕੋਈ ਨਹੀਂ, ਖੀਰ ਬਾਟਾ ਨੂੰ ਕੋਈ ਨਹੀਂ ਲੁੱਟਿਆ? ਆਖਿਆ ਕੋਈ ਨਹੀਂ। ਅੱਛਾ, ਉਹਨੂੰ ਨਹੀਂ ਨਹੀਂ ਰੋਕਿਆ ਡਾਕੂ ਆ ਹੋਵੇ। ਅੱਛਾ, ਕੋਈ ਨਹੀਂ, ਉਸ ਨੇ ਕੋਈ ਬੁੱਟਿਆ ਜਾਂ ਕਸਾਈਆਂ 'ਚ ਕੋਈ ਹਾਈ ਹੋ ਜਿਹਾ ਕੋਈ ਕੰਮ ਕਰਨ ਵਾਲਾ? ਹਾਏ ਕਿਹੜਾ
ਸਾਡਾ ਦਾਦਾ ਉਹਦਾ ਕੀ ਨਾਂ ਗੁਲਾਮ ਹਾਂਜੀ ਗੁਲਾਮ 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 ਰਸੂਲ ਅੱਛਾ ਉਹ ਵੀ ਤੂੰ ਦਰੋਪੇ ਦਾ ਆਇਆ ਕਿ ਤੂੰ ਹੋਰ ਦਾ ਹੈ ਦਰੋਪੇ ਦਾ ਅੱਜ ਸਾਤ ਪੀੜ੍ਹੀ ਦਰੋਪੇ ਦਾ ਹਾਂਜੀ ਸਾਤ ਪੀੜ੍ਹੀ ਦਰੋਪੇ ਦਾ ਅੱਛਾ ਹੁਣ ਕਦੀ ਤੁਹਾਨੂੰ ਇਹ ਬੁੱਧੂ ਰਾਮ ਕਦੀ ਯਾਦ ਆਇਆ ਯਾਦ ਆਇਆ ਅਗਲੇ ਤੇ ਯਾਦ ਆਇਆ ਅੱਛਾ ਕਿਵੇਂ ਖਾਦ ਕਿਵੇਂ ਆਇਆ ਸੁਣਾਓ ਗੱਲ ਜ਼ਰਾ ਖਾਦ ਯਾਦ ਆਇਆ ਹਾਂ ਬੁੱਧੂ ਰਾਮ ਆਇਆ ਉਹ ਸਾਰੇ ਰਹੀਆਂ ਸੱਦੀ ਅੱਛਾ ਲੜਾਈ ਦੇ ਗਏ ਮੁੱਖ ਵੰਡ ਹੋ ਗਏ ਬੰਦੇ ਸਾਰੇ ਗਏ ਇੱਕ ਰਾਜੇ ਕੋਲ ਡਣ ਕੇ ਗਏ ਨੇ ਅੱਛਾ ਸਾਰੇ ਗਏ ਆਇਆ ਆਪਣਾ ਸ਼ਹਿਰ ਦੇਖੇ ਮੁੜ ਤੂੰ ਸ਼ਹਿਰ ਨੂੰ ਵਿਖਾਇਆ ਹਾਂ ਸ਼ਹਿਰ ਬੈਠਾ ਰਿਹਾ ਅੱਛਾ ਇਹ ਦੱਸੋ ਵੀ ਤੁਹਾਡਾ ਜਿਵੇਂ ਹੁਣ ਮਾਸ਼ਾਅੱਲਾ ਤੁਸੀਂ ਤੁਹਾਡੀ ਇਤਨੀ ਉਮਰ ਹੋ ਗਈ ਤੁਹਾਡਾ ਕੋਈ ਸਿੰਘ ਆ ਕੋਈ ਇੱਥੇ ਹੋਰ ਕੋਈ ਜਿੰਦਾ ਵਾ ਕੋਈ ਨਾ ਅੱਛਾ ਇਹ ਦੱਸੋ ਵੀ ਜਿਲ੍ਹੇ ਤੁਸੀਂ ਕਿਰਾਣਾ ਦੇ ਨਾਲ ਮੁਸਲੇ ਖਾਂਦੇ ਕਿ ਪੀਂਦੇ ਕਿਵੇਂ ਆ ਖਾਂਦੇ ਪੀਂਦੇ ਸ਼ਹਿ ਖਾਵਾਂਗੇ ਆਏ ਉਹ ਖਾਂਦੇ ਕਿ ਸ਼ਹਿ ਖਾਵਾਂ ਦੀ ਲੈ ਲੈਂਦੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਲੈ ਲੈਂਦੇ ਕੀ ਸ਼ਹਿ ਖਾਏ ਇਹ ਕੈਮਰੇ ਦਾ ਸਟੈਂਡ ਹੈ ਨਹੀਂ ਉਹਨਾਂ ਦੀ ਪੱਕੀ ਸ਼ਹਿ ਖਾ ਲੈਂਦੇ ਆ ਖਾ ਲੈਂਦੇ ਆ ਤੁਸੀਂ ਕੋਈ ਨਾ ਤੁਹਾਡੇ ਹੱਥੋਂ ਲੈ ਕੇ ਖਾ ਲੈਂਦੇ ਆ ਉਹ ਤੁਹਾਨੂੰ ਪਿੱਛੇ ਗਦਾਰੇ ਖਾ ਲੈਂਦੇ ਆ ਪਹਿਲਾਂ ਕੋਈ ਨਾ ਖਾਂਦੇ ਨਹੀਂ ਅੱਛਾ ਖੇਲ ਬਾੜ ਜਿਹੜੇ ਹਨ ਉਹ ਕੋਈ ਰੋਟੀ ਛੋਟੀ ਖਾ ਲੈਂਦੇ ਆ ਅੱਛਾ ਉਹ ਚੰਗਾ ਹੁੰਦਾ ਨਹੀਂ ਮੈਂ ਤਾਂ ਪਤਾ ਲੱਗਾ ਵੀ ਉਹ ਸੁੱਕਾ ਬਸਤਾ ਜੇ ਨੂੰ ਆਦੇ ਸੁੱਕਾ ਖਾਣਾ ਤੁਸੀਂ ਲੈ ਲੈਂਦੇ ਆ ਇੱਕ ਦੋ ਨੰਬਰ ਉਹ ਪਕਾ ਦਿੰਦੇ ਆ ਤੁਹਾਡੇ ਆਪਣੇ ਨਾਈ ਜਿਹੜੇ ਹੁੰਦੇ ਆ ਉਸ ਲਈ ਤੂੰ ਜਿੰਨਾ ਸ਼ੋਰ ਜਾਮਣ ਹੋਵੇ ਆ ਧਰੋਪੇ ਤੂੰ ਧਰੋਪੇ ਤੋਂ ਆ ਸ਼ੋਰ ਜਿਹੜੇ ਬੋਲ ਟੱਪੇ ਉਹ ਜਿਹੜਾ ਟੱਪੇ ਉਹ ਸ਼ੋਰ ਅੱਛਾ ਠੀਕ ਹੋ ਗਿਆ ਅਤੇ ਇੱਧਰੋਂ ਫਿਰ ਹੋਰ ਕਿਹੜਾ ਮਤਲਬ ਰਾਹ ਸ਼ੋਰ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਾਸੇ ਨੂੰ ਵਹਿੰਦਾ ਸ਼ੋਰ ਕੋਟੇਸ਼ਨ 'ਤੇ ਜਾਮਣਾ ਹੋਵੇ ਤਾਂ ਮੁੜ ਕਿਤੋਂ ਜਾਮਣਾ ਪੈਂਦਾ ਉਸਲੇ ਨਹਿਰ ਰਹਿ ਜਾਣ ਨਹਿਰ ਦੇ ਨਾਲ ਨਾਲ ਕੀ ਜਿਹੜੀ ਪੱਕੀ ਨਹਿਰ ਹੁੰਦੀ ਆ ਅੱਛਾ ਅੱਛਾ ਠੀਕ ਹੋ ਚੰਗਾ ਬਾਬਾ ਜੀ ਬੜੀ ਬੜੀ ਮਿਹਰਬਾਨੀ ਅੱਲਾ ਹਾਫਿਜ਼ ਥੱਕ ਗਿਆ ਹਾਂ ਨਹੀਂ ਥੱਕ ਗਿਆ ਨਾ ਵੈਸੇ ਵੀ